ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਗੱਲ ਕਰਦੇ ਹਾਂ ਠੇਕਾ ਦੇਸੀ ਅਤੇ ਅੰਗਰੇਜ਼ੀ। ਬਿਲਕੁਲ, ਅਸੀਂ ਗੱਲ ਠੇਕਾ ਦੇਸੀ ਅਤੇ ਅੰਗਰੇਜ਼ੀ ਦੀ ਕਰ ਰਹੇ ਹਾਂ, ਠੇਕੇ ਦੀ ਗੱਲ ਕਰ ਰਹੇ ਹਾਂ, ਪਰ ਇੱਥੇ ਗੱਲ ਅਸੀਂ ਕਿਸੇ ਸ਼ਰਾਬ ਦੇ ਠੇਕੇ ਦੀ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਕਿਤਾਬਾਂ ਦੇ ਠੇਕੇ ਦੀ। ਠੇਕਾ ਦੇਸੀ ਅਤੇ ਅੰਗਰੇਜ਼ੀ, ਯਾਨੀ ਦੇਸੀ ਅਤੇ ਅੰਗਰੇਜ਼ੀ ਕਿਤਾਬਾਂ ਦਾ ਠੇਕਾ, ਬਿਲਕੁਲ ਨਵਾਂ ਆਈਡੀਆ। ਇਹ ਆਈਡੀਆ ਹੈ ਫਰੀਦਕੋਟ ਦੇ ਬਰਜਿੰਦਰਾ ਕਾਲਜ ਦੇ ਦੋ ਵਿਦਿਆਰਥੀਆਂ ਦਾ, ਜੋ ਇਸ ਵੇਲੇ ਹਰ ਪਾਸੇ ਚਰਚਾ ਵਿੱਚ ਹੈ। ਇਸ ਵੇਲੇ ਬਠਿੰਡਾ ਦੇ ਰਜਿੰਦਰਾ ਕਾਲਜ ਦੇ ਵਿੱਚ ਇੱਕ ਨਾਟਕ ਮੇਲਾ ਚੱਲ ਰਿਹਾ ਹੈ, ਟੋਨੀ ਬਾਤਸ਼ ਯਾਦਗਾਰੀ ਲੋਕ ਕਲਾ ਮੇਲਾ ਚੱਲ ਰਿਹਾ ਹੈ। ਇਸ ਮੇਲੇ ਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਵਿਖਾ ਦਿੰਦੇ ਹਾਂ। ਇਸ ਮੇਲੇ ਦੇ ਵਿੱਚ ਦੋ ਦਰਜਨ ਦੇ ਕਰੀਬ ਪੁਸਤਕ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ, ਪਰ ਇਹਨਾਂ ਪੁਸਤਕ ਪ੍ਰਦਰਸ਼ਨੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਖਿੱਚ ਦਾ ਕੇਂਦਰ ਹੈ ਉਹ ਹੈ ਇਹ ਪੁਸਤਕ ਪ੍ਰਦਰਸ਼ਨੀ, ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ। ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ, ਇਹ ਪੁਸਤਕ ਪ੍ਰਦਰਸ਼ਨੀ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਇੱਥੇ ਬਣੀ ਹੋਈ ਹੈ, ਔਰ ਪੁਸਤਕ ਪ੍ਰੇਮੀ ਜਿਹੜੇ ਨੇ ਉਹ ਇਸ ਜਿਹੜਾ ਠੇਕੇ 'ਤੇ ਲਗਾਤਾਰ ਆ ਰਹੇ ਨੇ, ਆਪਣੇ ਪਸੰਦ ਦੀਆਂ ਪੁਸਤਕਾਂ ਜਿਹੜੀਆਂ ਉਹ ਖਰੀਦ ਰਹੇ ਨੇ, ਔਰ ਜਿਹੜੀ ਇੱਕ ਚਰਚਾ ਦਾ ਵਿਸ਼ਾ ਇਹ ਪੁਸਤਕ ਪ੍ਰਦਰਸ਼ਨੀ ਬਣੀ ਹੋਈ ਹੈ। ਔਰ ਇਹ ਜਿਹੜੀ ਸਟਾਲ ਹੈ ਇਹ ਸਿਰਫ ਇੱਥੇ ਨਹੀਂ ਬਲਕਿ ਮੇਲਿਆਂ ਦੇ ਵਿੱਚ ਪਿਛਲੇ ਕਰੀਬ ਕਹਿ ਲਈਏ ਇੱਕ ਸਾਲ ਤੋਂ ਲਗਾਤਾਰ ਵੱਖੋ ਵੱਖ ਮੇਲਿਆਂ ਦੇ ਵਿੱਚ, ਪੁਸਤਕ ਪ੍ਰਦਰਸ਼ਨੀਆਂ ਦੇ ਵਿੱਚ, ਔਰ ਪਿੰਡ ਪਿੰਡ ਜਾ ਕੇ ਇਹ ਜਿਹੜਾ ਠੇਕਾ ਉਹ ਕੰਮ ਕਰ ਰਿਹਾ ਆਪਣਾ। ਅਤੇ ਜਦੋਂ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਭਰਮਾਰ ਹੈ, ਉਸ ਵੇਲੇ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਗਲੁੱਚ ਹੁੰਦੀ ਜਾ ਰਹੀ ਹੈ। ਉਸ ਜਵਾਨੀ ਨੂੰ ਜਿਹੜਾ ਉਹ ਸਿੱਧੇ ਰਾਹੇ ਪਾਉਣ ਵਾਸਤੇ ਇਹਨਾਂ ਦੋ ਨੌਜਵਾਨਾਂ ਦਾ ਆਈਡੀਆ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਬੀਤੇ ਇੱਕ ਸਾਲ ਤੋਂ, ਔਰ ਪੂਰੀ ਸਫਲਤਾ ਨਾਲ ਚੱਲ ਰਿਹਾ। ਔਰ ਪਹਿਲਾਂ ਮੈਂ ਗੱਲ ਕਰ ਲਵਾਂ ਪੁਸਤਕਾਂ ਦੀ, ਉੱਪਰ ਇੱਥੇ ਬੈਨਰ ਜਿਹੜੇ ਨੇ ਲੱਗੇ ਹੋਏ ਨੇ ਠੇਕਾ ਕਿਤਾਬਾਂ ਦਾ, ਮਿਲ ਰਹੇ ਬ੍ਰਾਂਡ। ਜਿਸ ਤਰ੍ਹਾਂ ਸ਼ਰਾਬ ਦੀ ਬ੍ਰਾਂਡਿੰਗ ਕੀਤੀ ਜਾਂਦੀ ਹੈ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਗਲੁੱਚ ਕਰਨ ਲਈ, ਉਸੇ ਤਰ੍ਹਾਂ ਇਹਨਾਂ ਨੌਜਵਾਨਾਂ ਨੇ ਉਸ ਦੇ ਮੁਕਾਬਲੇ ਲਈ ਕਿਸ ਤਰ੍ਹਾਂ ਕਿਤਾਬਾਂ ਦੀ ਜਿਹੜੀ ਆ ਉਹ ਬ੍ਰਾਂਡਿੰਗ ਕੀਤੀ ਹੋਈ ਹੈ। ਕਵਿਤਾ, ਕਹਾਣੀ, ਨਾਵਲ, ਨਾਟਕ, ਗਜ਼ਲ, ਵਾਰਤਕ, ਸਫ਼ਰਨਾਮਾ, ਜੀਵਨੀ, ਆਲੋਚਨਾ। ਇਹ ਲਵਪ੍ਰੀਤ ਸਿੰਘ ਫੇਰੋਕੇ, ਪ੍ਰਗਟ ਸਿੰਘ ਡੱਲੇਵਾਲਾ, ਇਹ ਦੋ ਨੌਜਵਾਨਾਂ ਦਾ ਉਪਰਾਲਾ ਜਿਹੜੇ ਬਰਜਿੰਦਰਾ ਕਾਲਜ ਫਰੀਦਕੋਟ ਦੇ ਸਟੂਡੈਂਟ ਨੇ। ਇਹ ਇਹਨਾਂ ਨੇ ਅੰਗਰੇਜ਼ੀ ਕਿਤਾਬਾਂ, ਇਹ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਬ੍ਰਾਂਡ ਸ਼ਰਾਬ ਦੇ ਸਜਾ ਕੇ ਰੱਖੇ ਜਾਂਦੇ ਨੇ, ਉਸੇ ਤਰ੍ਹਾਂ ਕਿਤਾਬਾਂ ਦੇ ਬ੍ਰਾਂਡ ਜਿਹੜੇ ਨੇ ਉਹ ਸਟਾਲ ਦੇ ਉੱਤੇ ਸਜਾ ਕੇ ਰੱਖੇ ਨੇ। ਇਹ ਦੇਸੀ ਕਹਿ ਲਈਏ ਪੰਜਾਬੀ ਭਾਸ਼ਾ ਦੀਆਂ, ਪੰਜਾਬੀ ਭਾਸ਼ਾ ਦੇ ਵਿੱਚ ਨਾਮੀ ਜਿਹੜੇ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ ਨੇ, ਜਿੱਦਾਂ ਮੈਕਸਿਮ ਗੋਰਕੀ ਦਾ ਮਾਂ ਇੱਕ ਚਰਚਿਤ ਨਾਵਲ ਹੈ ਰੂਸ ਦਾ, ਔਰ ਇਸੇ ਤਰ੍ਹਾਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਜਾਂ ਕਹਿ ਲਈਏ ਹੋਰ ਚਰਚਿਤ ਲੇਖਕ ਪੰਜਾਬ ਦੇ, ਪੰਜਾਬੀ ਮਾਂ ਬੋਲੀ ਦੇ, ਉਹ ਦੇਸੀ ਜਾਣੀ ਆਪਾਂ ਕਹਿ ਲਈਏ ਜਿਹੜੀਆਂ ਕਿਤਾਬਾਂ ਨੇ, ਜਿਹੜੀਆਂ ਨੂੰ ਇੱਕ ਵਾਰੀ ਆਪਾਂ ਉਹਨਾਂ ਲੇਖਕਾਂ ਦੀ ਇੱਕ ਕਿਤਾਬ ਪੜ੍ਹ ਲਈਏ ਤਾਂ ਅਸੀਂ ਉਹਨਾਂ ਦੇ ਇੱਕ ਤਰ੍ਹਾਂ ਨਾਲ ਆਦੀ ਹੋ ਜਾਂਦੇ ਹਾਂ, ਸਾਡਾ ਦਿਲ ਕਰਦਾ ਕਿ ਉਹਨਾਂ ਦੀਆਂ ਹੋਰ ਕਿਤਾਬਾਂ ਵੀ ਪੜ੍ਹੀਏ, ਸ਼ਿਵ ਕੁਮਾਰ ਬਟਾਲਵੀ ਹੋਣ। ਅਤੇ ਇਸ ਤਰ੍ਹਾਂ ਬਾਹਰਲੇ ਜਿਹੜੇ ਕਹਿ ਲਈਏ ਕਿ ਅੰਗਰੇਜ਼ੀ ਦੇ ਵੱਡੇ ਲੇਖਕ ਨੇ, ਔਰ ਹੋਰ ਭਾਸ਼ਾਵਾਂ ਦੇ ਲੇਖਕ ਨੇ, ਉਹਨਾਂ ਦੀ ਪੰਜਾਬੀ ਦੇ ਵਿੱਚ ਅਨੁਵਾਦ ਕੀਤੀਆਂ ਹੋਈਆਂ ਪੁਸਤਕਾਂ ਉਹ ਸਟਾਲ 'ਤੇ ਸਜਾਈਆਂ ਹੋਈਆਂ ਨੇ। ਇਹ ਸਟਾਲ ਕਿਵੇਂ ਸ਼ੁਰੂ ਹੋਈ, ਇਹ ਠੇਕਾ ਕਿਵੇਂ ਸ਼ੁਰੂ ਹੋਇਆ, ਜਿਹੜਾ ਸ਼ਰਾਬ ਦਾ ਨਹੀਂ ਕਿਤਾਬ ਦਾ ਹੈ, ਕਿਤਾਬਾਂ ਦਾ ਠੇਕਾ ਹੈ, ਮੇਰੇ ਨਾਲ ਗੱਲਬਾਤ ਕਰਨ ਲਈ ਇਸ ਵੇਲੇ ਮੌਜੂਦ ਨੇ ਲਵਪ੍ਰੀਤ ਸਿੰਘ ਫੇਰੋਕੇ, ਜਿਹੜੇ ਜਿਨ੍ਹਾਂ ਨੇ ਇਹ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ। ਲਵਪ੍ਰੀਤ ਜੀ, ਤੁਹਾਡਾ ਸਵਾਗਤ ਹੈ ਡੇਲੀ ਪੋਸਟ 'ਤੇ। ਸ਼ੁਕਰੀਆ ਜੀ, ਬਹੁਤ ਧੰਨਵਾਦ। ਅੱਛਾ, ਅਸੀਂ ਇਸ ਉਪਰਾਲੇ ਬਾਰੇ ਜਾਣਨਾ ਚਾਹਾਂਗੇ, ਇਹ ਉਪਰਾਲਾ ਜਿਹੜਾ ਉਹ ਕਿਹੜੇ ਆਈਡੀਆ 'ਚੋਂ ਨਿਕਲਿਆ, ਕੀ ਹੈ ਇਹ ਪਹਿਲਾਂ? ਜੀ, ਜਿਵੇਂ ਕਿ ਆਪਾਂ ਅੱਗੇ ਗੱਲ ਕਰ ਰਹੇ ਸੀ ਕਿ ਅਸੀਂ ਫਰੀਦਕੋਟ ਬਰਜਿੰਦਰਾ ਕਾਲਜ ਦੇ ਵਿਦਿਆਰਥੀ ਹਾਂ, MA ਪੰਜਾਬੀ ਕਰ ਰਹੇ ਹਾਂ, ਅਤੇ ਅਸੀਂ ਜਿਵੇਂ ਅੱਜ ਪੰਜਾਬ ਜਿਹੜੇ ਦੌਰ 'ਚੋਂ ਗੁਜ਼ਰ ਰਿਹਾ ਅਤੇ ਬਹੁਤ ਚਾਰੇ ਪਾਸੇ ਚਰਚਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਗਲਤਾਨ ਹੋ ਰਹੇ, ਤਰ੍ਹਾਂ ਤਰ੍ਹਾਂ ਦੇ ਨਸ਼ੇ ਪੰਜਾਬ ਦੇ ਵਿੱਚ ਫੈਲ ਰਹੇ ਆ ਜਾਂ ਫੈਲਾਏ ਜਾ ਰਹੇ ਆ ਕਿਸੇ ਸਾਜਿਸ਼ ਤਹਿਤ ਕਹਿ ਲਈਏ, ਤਾਂ ਸਾਨੂੰ ਲੱਗਿਆ ਕਿ ਉਹਨਾਂ ਚੀਜ਼ਾਂ 'ਤੇ ਬਹੁਤ ਚਰਚਾ ਹੁੰਦੀ ਹੈ ਤਾਂ ਸਿਰਫ ਨਕਾਰਾਤਮਕ ਗੱਲਾਂ ਕਰਨ ਦੀ ਬਜਾਏ ਉਹਦਾ ਕੁਛ ਬਦਲ ਵੀ ਨੌਜਵਾਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ, ਅਤੇ ਉਹ ਬਦਲ ਕੁਛ ਰਚਨਾਤਮਕ, ਕੁਛ ਕ੍ਰੀਏਟਿਵ ਹੋ ਸਕਦਾ। ਅਤੇ ਸਾਨੂੰ ਲੱਗਿਆ ਵੀ ਜੇ ਪੰਜਾਬ ਦੇ ਨੌਜਵਾਨਾਂ ਨੇ ਨਸ਼ਾ ਹੀ ਕਰਨਾ ਹੈ ਤਾਂ ਫਿਰ ਉਹ ਨਸ਼ਾ ਗਿਆਨ ਦਾ ਕਿਉਂ ਨਹੀਂ ਹੋ ਸਕਦਾ, ਨਸ਼ਾ ਕਿਤਾਬਾਂ ਦਾ ਕਿਉਂ ਨਹੀਂ ਹੋ ਸਕਦਾ। ਜਦੋਂ ਇਸ ਗੱਲ ਅਸੀਂ ਸੋਚੀ ਤਾਂ ਫਿਰ ਅਸੀਂ ਇਹ ਜਿਹੜਾ ਪਿਛਲੇ ਇੱਕ ਸਾਲ ਤੋਂ ਕਰੀਬ ਠੇਕਾ ਕਿਤਾਬਾਂ ਦਾ ਅਸੀਂ ਚਲਾ ਰਹੇ ਹਾਂ ਪਿੰਡਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਅਤੇ ਇਸ ਤਰ੍ਹਾਂ ਦੇ ਪੁਸਤਕ ਮੇਲਿਆਂ ਦੇ ਵਿੱਚ ਲੈ ਕੇ ਇਹਨੂੰ ਜਾ ਰਹੇ ਹਾਂ।
ਹੁਣ ਤੱਕ ਕਿੰਨੀਆਂ ਕਿੰਨੀਆਂ ਥਾਵਾਂ ਤੇ ਤੁਸੀਂ ਲਗਭਗ ਜਿਹੜੀਆਂ ਸਟਾਲਾਂ ਇਹ ਲਗਾ? ਅਸੀਂ ਕਰੀਬ 1 ਸਾਲ ਹੋ ਗਿਆ ਸਾਨੂੰ, ਚਾਹੇ ਅਸੀਂ ਹਰ ਹਫ਼ਤੇ ਹਰ ਵੀ ਕੱਢਦੇ ਹਾਂ ਇਹਦੇ ਲਈ ਸਮਾਂ, ਕਾਲਜਾਂ ਦੇ ਵਿੱਚ ਜਿਹੜਾ ਹੁੰਦਾ ਕਲਾਸਾਂ ਦੇ ਵਿੱਚ ਸਮਾਂ ਵੀ, ਸਕੂਲ ਕਾਲਜ ਲੱਗਣ ਦੌਰਾਨ ਵੀ ਸਮਾਂ ਕੱਢਦੇ ਹਾਂ, ਤਾਂ ਅਸੀਂ ਮੈਨੂੰ ਲੱਗਦਾ ਕਿ 100 ਤੋਂ ਵੱਧ ਲਗਾ ਚੁੱਕੇ ਹੋਵਾਂਗੇ ਵੱਖੋ ਵੱਖਰੀ ਜਗ੍ਹਾ 'ਤੇ, ਸਾਨੂੰ ਕਾਫੀ ਸਮਾਂ ਹੋ ਗਿਆ। ਅਤੇ ਇਹਦੇ ਵਿੱਚ ਸਾਡਾ ਇਹੀ ਮਕਸਦ ਹੈ ਕਿ ਜੇ ਅੱਜ ਅਸੀਂ ਜਦੋਂ ਠੇਕਾ ਸ਼ਬਦ ਸੁਣਦੇ ਹਾਂ ਤਾਂ ਨਾਲ ਦੇ ਨਾਲ ਹੀ ਤੁਹਾਡੇ ਦਿਮਾਗ 'ਚ ਅੱਖਾਂ ਮੀਚ ਕੇ ਸ਼ਰਾਬ ਦਾ ਨਾਂ ਜੇਕਰ ਆ ਜਾਂਦਾ ਤਾਂ ਸ਼ਰਾਬ ਦੀ ਤਸਵੀਰ ਬਣ ਜਾਂਦੀ ਹੈ। ਤਾਂ ਅਸੀਂ ਸੋਚਿਆ ਵੀ ਫਿਰ ਇਹੋ ਜਿਹਾ ਕਿਉਂ ਨਹੀਂ ਅਸੀਂ ਸੁਪਨਾ ਲੈ ਸਕਦੇ ਕਿ ਜਦੋਂ ਕੁਝ ਸਾਲਾਂ ਦੇ ਬਾਅਦ ਜਦੋਂ ਪੰਜਾਬ ਦੇ ਲੋਕ ਠੇਕਾ ਸ਼ਬਦ ਸੁਣਨ ਅਤੇ ਅੱਖਾਂ ਮੀਚ ਕੇ ਹੀ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਦੇ ਦਿਮਾਗ ਦੇ ਵਿੱਚ ਕਿਤਾਬ ਦਾ ਜ਼ਿਕਰ ਕਿਉਂ ਨਹੀਂ ਆ ਸਕਦਾ? ਅੱਛਾ, ਇਹਨੂੰ ਕੋਈ ਹੁੰਗਾਰਾ ਮਿਲਦਾ? ਤੁਹਾਡਾ ਇਹ ਕਨਸੈਪਟ ਜਿਹੜਾ ਬੜਾ ਵਧੀਆ ਕਨਸੈਪਟ ਹੈ, ਇਹਨੂੰ ਕੋਈ ਹੁੰਗਾਰਾ ਕਿਸ ਤਰ੍ਹਾਂ ਦਾ ਮਿਲਦਾ? ਜਿਹੜਾ ਤੁਸੀਂ ਨਾਮ ਰੱਖਿਆ ਠੇਕਾ ਕਿਤਾਬ, ਇਸਦਾ ਅਲੱਗ ਹੁੰਗਾਰਾ ਮਿਲਦਾ? ਜੀ ਹਾਂਜੀ, ਹੁੰਗਾਰਾ ਇਹਦੇ ਵਿੱਚ ਖਾਸ ਤੌਰ 'ਤੇ ਨੌਜਵਾਨਾਂ ਦੇ ਵਿੱਚ ਤਾਂ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਹੈਗਾ ਕਿ ਕਿਤਾਬ ਸੱਭਿਆਚਾਰ ਤੋਂ ਸਾਨੂੰ ਲੱਗਦਾ ਕਿ ਦੂਰ ਹੋ ਰਹੇ ਆ ਦਿਨੋਂ ਦਿਨ, ਪਰ ਜਦਕਿ ਸਾਡੇ ਤਾਂ ਗੁਰੂ ਸਾਹਿਬਾਨ ਨੇ ਵੀ ਸਾਨੂੰ ਸ਼ਬਦ ਨਾਲ ਜੁੜਨ ਦਾ ਸੁਨੇਹਾ ਦਿੱਤਾ ਸੀ। ਸ਼ਬਦ ਨੂੰ ਪੰਜਾਬ ਦੇ ਲੋਕ ਗੁਰੂ ਮੰਨਦੇ ਆ, ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਸ਼ਬਦ ਨੂੰ ਗੁਰੂ ਜਦੋਂ ਅਸੀਂ ਕਹਿੰਦੇ ਹਾਂ ਤਾਂ ਫਿਰ ਅਸੀਂ ਸ਼ਬਦ ਨੂੰ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਨਾ ਕਰੀਏ, ਸ਼ਬਦ ਨੂੰ ਮੱਥਿਆਂ ਦੇ ਵਿੱਚ ਵਸਾਉਣ ਦੀ ਲੋੜ ਆ, ਕਿਉਂਕਿ ਜਿਹੜਾ ਸ਼ਬਦਾਂ ਦਾ ਗਿਆਨ ਉਹੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ। ਅਤੇ ਇਸ ਕਰਕੇ ਜਦੋਂ ਅਸੀਂ ਇਹ ਠੇਕਾ ਕਿਤਾਬ ਰਾਹੀਂ ਨੌਜਵਾਨਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾਂ ਮੇਲਿਆਂ ਦੇ ਵਿੱਚ ਜਾਂਦੇ ਹਾਂ, ਪੁਸਤਕ ਮੇਲਿਆਂ ਦੇ ਵਿੱਚ ਜਾਂਦੇ ਹਾਂ, ਕਾਲਜਾਂ ਦੇ ਵਿੱਚ ਜਾਂਦੇ ਹਾਂ, ਤਾਂ ਨੌਜਵਾਨ ਵਾਸਤੇ ਇੱਕ ਨਵੀਂ ਗੱਲ ਹੈ। ਉਹਨਾਂ ਨੇ ਸ਼ਰਾਬ ਦੇ ਠੇਕੇ ਤਾਂ ਪਿੰਡ ਪਿੰਡ ਦੇਖੇ ਹੋਣਗੇ, ਪਰ ਕਿਤਾਬ ਦਾ ਠੇਕਾ ਉਹਨਾਂ ਵਾਸਤੇ ਨਵੀਂ ਗੱਲ ਹੈ, ਤਾਂ ਜ਼ਾਹਰਾ ਜੀ ਗੱਲ ਹੈ ਕਿ ਉੱਥੇ ਆਉਣਗੇ ਵੀ ਜ਼ਰੂਰ। ਅਤੇ ਜਦੋਂ ਆਉਣਗੇ ਤਾਂ ਫਿਰ ਅਸੀਂ, ਸਾਡਾ ਕੋਈ ਵਪਾਰਕ ਉਹ ਅਦਾਰਾ ਨਹੀਂ ਹੈ ਕਿ ਅਸੀਂ ਇਹਨੂੰ ਸਿਰਫ ਇਹਨੂੰ ਇੱਕ ਵੇਚਣ ਤੱਕ ਸੀਮਤ ਰੱਖੀਏ ਕਿ ਕੁਛ ਵੀ ਉਹਨਾਂ ਨੂੰ ਦੇ ਦਈਏ, ਅਸੀਂ ਉਹਨਾਂ ਦੇ ਨਾਲ ਕਿਤਾਬ ਬਾਰੇ ਗੱਲ ਕਰਾਂਗੇ, ਕੁਛ ਵਧੀਆ ਲੇਖਕਾਂ ਬਾਰੇ ਗੱਲ ਕਰਾਂਗੇ, ਅਸੀਂ ਉਹਨਾਂ ਨੂੰ ਦੱਸਾਂਗੇ ਕਿ ਕਿਤਾਬਾਂ ਕਿਵੇਂ ਇਨਸਾਨ ਦੀ ਜ਼ਿੰਦਗੀ ਬਦਲ ਸਕਦੀਆਂ, ਕਿਤਾਬਾਂ ਤੁਹਾਡੀ ਜੀਵਨ ਨੂੰ ਕਿਵੇਂ ਸੇਧ ਦੇ ਸਕਦੀਆਂ। ਅਤੇ ਇਸੇ ਕਰਕੇ ਜਿਹੜਾ ਹੈਗਾ ਨੌਜਵਾਨਾਂ ਦੇ ਵਿੱਚ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਬਿਲਕੁਲ ਉਹਨਾਂ ਦੇ ਵਿੱਚ ਉਤਸ਼ਾਹ ਵੀ ਦਿਸਦਾ ਹੈ ਸਾਨੂੰ ਸ਼ਬਦਾਂ ਨਾਲ ਜੁੜਨ ਦਾ, ਅੱਖਰਾਂ ਨਾਲ ਜੁੜਨ ਦਾ, ਕਿਉਂਕਿ ਨੌਜਵਾਨਾਂ 'ਤੇ ਪਹੁੰਚ ਕਰਨ ਦੀ ਕਮੀ ਹੈ ਨਾ। ਨੌਜਵਾਨ ਤਾਂ ਜੇ ਉਹਨਾਂ ਕੋਲ ਨਸ਼ੇ ਦੀ ਅਵੇਲੇਬਿਲਿਟੀ ਹੈਗੀ ਆ ਬੜੇ ਸੌਖੇ ਢੰਗ ਨਾਲ, ਨਸ਼ਾ ਉਹਨਾਂ ਦੇ ਘਰਾਂ ਤੱਕ ਪਹੁੰਚ ਸਕਦਾ, ਜੇ ਹੋਰ ਚੀਜ਼ਾਂ, ਜੇ ਗੰਦਾ ਸੱਭਿਆਚਾਰ, ਜਿਹੜਾ ਗੰਦੇ ਗੀਤ ਜਾਂ ਪਹੁੰਚ ਸਕਦੇ ਆ, ਜਾਂ ਹੋਰ ਝੂਠੀਆਂ ਅਫਵਾਹਾਂ 'ਤੇ ਜਿਹੜਾ ਗਲਤ ਚੀਜ਼ਾਂ ਨੇ, ਨਕਾਰਾਤਮਕ ਗੱਲਾਂ ਉਹਨਾਂ ਦੇ ਕੋਲ ਆਸਾਨੀ ਨਾਲ ਪਹੁੰਚ ਸਕਦੀਆਂ ਨੇ, ਤਾਂ ਕੁਛ ਜੇ ਚੰਗਾ ਵੀ ਉਹਨਾਂ ਕੋਲ ਇੰਨੀ ਆਸਾਨੀ ਨਾਲ ਪਹੁੰਚੂਗਾ ਤਾਂ ਫਿਰ ਉਹ ਕਿਉਂ ਨਹੀਂ ਉਹਦੇ ਨਾਲ ਜੁੜਨਗੇ? ਗੱਲ ਸਾਨੂੰ ਲੱਗਦਾ ਕਿ ਪਹੁੰਚਣ ਦੀ ਹੈ, ਜਿੱਥੋਂ ਵੀ ਅਸੀਂ ਨੌਜਵਾਨਾਂ ਤੱਕ ਜਿਵੇਂ ਜਿਵੇਂ ਪਹੁੰਚ ਕਰ ਰਹੇ ਹਾਂ, ਸਾਨੂੰ ਨੌਜਵਾਨਾਂ ਦਾ ਚੰਗਾ ਅਤੇ ਉਤਸ਼ਾਹਜਨਕ ਹੰਗਾਰਾ ਮਿਲ ਰਿਹਾ ਹੈ। ਅੱਛਾ, ਤੁਸੀਂ ਪੜ੍ਹਾਈ ਦੇ ਨਾਲ ਨਾਲ ਇਹਨੂੰ ਕਿਵੇਂ ਮੈਂਟੇਨ ਰੱਖ ਪਾਉਂਦੇ ਹੋ? ਜੀ ਪੜ੍ਹਾਈ ਦੇ ਨਾਲ ਨਾਲ ਜਿਵੇਂ ਕਿ ਮੈਂ MA ਪੰਜਾਬੀ ਕਰ ਰਿਹਾ ਹਾਂ, ਅਤੇ ਇਸ ਤੋਂ ਇਲਾਵਾ ਵੀ ਯੂਥ ਫੋਰ ਸਵਰਾਜ ਸਾਡੀ ਵਿਦਿਆਰਥੀ ਜਥੇਬੰਦੀ, ਅਸੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ, ਵਿਦਿਆਰਥੀ ਨੌਜਵਾਨਾਂ ਦੇ ਹੱਕਾਂ ਲਈ ਲੜਦੇ ਹਾਂ, ਚਾਹੇ ਉਹਨਾਂ ਦੀਆਂ ਫੀਸਾਂ ਦਾ ਸਵਾਲ ਹੋਵੇ ਜਾਂ ਹੋਰ ਉਹਨਾਂ ਨੂੰ ਜਾਗਰੂਕ ਕਰਨ ਦੇ ਸਵਾਲ ਹੋਵੇ ਜਾਂ ਹੋਰ ਵੀ ਸਮਾਜ ਦੇ ਜਿਹੜੇ ਮਸਲੇ ਹੁੰਦੇ ਨੇ ਉਹਨਾਂ 'ਤੇ ਅਸੀਂ ਲਗਾਤਾਰ ਕੰਮ ਕਰਦੇ ਹਾਂ। ਸਾਨੂੰ ਲੱਗਦਾ ਕਿ ਫਿਰ ਜੇ ਤੁਸੀਂ ਇੱਕ ਦਿਨ ਦੇ ਵਿੱਚ ਕਾਲਜ ਦੇ ਵਿੱਚ ਤਾਂ ਤੁਸੀਂ ਸਿਰਫ 5 ਲੈਕਚਰ ਲਾਉਣੇ ਹੁੰਦੇ ਆ, ਤੁਸੀਂ 2-3 ਸਾਢੇ 3 ਘੰਟੇ ਦਾ ਸਮਾਂ ਕੱਢਣਾ ਹੁੰਦਾ, ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਬਹੁਤ ਸਾਰਾ ਸਮਾਂ ਹੁੰਦਾ। ਅਤੇ ਸਾਨੂੰ ਇਹ ਵੀ ਲੱਗਦਾ ਕਿ ਜਦੋਂ ਅਸੀਂ ਥੋੜ੍ਹੇ ਜਿਹੜੇ ਨੌਜਵਾਨ ਪੜ੍ਹ ਲਿਖ ਜਾਂਦੇ ਹਾਂ ਕੋਈ, ਸਾਨੂੰ ਲੱਗਦਾ ਕਿ ਅਸੀਂ ਸੁਚੇਤ ਹਾਂ, ਜੇ ਹੋ ਰਹੇ ਹਾਂ ਥੋੜ੍ਹਾ ਬਹੁਤ ਸਾਡੇ ਕੋਲ ਜੇ ਗਿਆਨ ਹੈ, ਤਾਂ ਫਿਰ ਇਹ ਸਮਾਜ ਨਾਲ ਬੇਈਮਾਨੀ ਹੋਊਗੀ ਜੇ ਅਸੀਂ ਗਿਆਨ ਨੂੰ ਆਪਦੇ ਕੋਲ ਹੀ ਸੀਮਤ ਕਰਕੇ ਰੱਖ ਲਈਏ ਅਤੇ ਉਹਨੂੰ ਕਿਸੇ ਹੋਰ ਸਮਾਜ ਦੇ ਫਾਇਦੇ ਲਈ ਨਾ ਵਰਤੀਏ, ਤਾਂ ਫਿਰ ਸਾਡੇ ਗਿਆਨ ਦਾ ਫਾਇਦਾ ਹੀ ਕੀ ਜੇ ਅਸੀਂ ਸਮਾਜ ਲਈ ਨਹੀਂ ਵਰਤਦੇ? ਇਸ ਕਰਕੇ ਇਹਨੂੰ ਅਸੀਂ ਇੱਕ ਜ਼ਿੰਮੇਵਾਰੀ ਸਮਝ ਕੇ ਕਿ ਸਮਾਜ ਦੇ ਵਿੱਚ ਜਾਗਰੂਕਤਾ ਦਾ ਹੋਕਾ ਦੇਣਾ, ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦੇ ਖਿਲਾਫ਼ ਉਹਨਾਂ ਨੂੰ ਜਾਗਰੂਕ ਕਰਨਾ ਹੈਗਾ, ਉਹਨਾਂ ਦੇ ਹੱਲ ਲਈ ਉਹਨਾਂ ਨੂੰ ਚੇਤਨ ਕਰਨਾ ਹੈ, ਅਤੇ ਉਹਨਾਂ ਨੂੰ ਅੱਖਰਾਂ ਦੇ ਨਾਲ ਜੋੜਨਾ, ਸ਼ਬਦ ਗਿਆਨ ਦੇ ਨਾਲ ਜੋੜਨਾ, ਪੁਸਤਕ ਸੱਭਿਆਚਾਰ ਪੰਜਾਬ ਦੇ ਵਿੱਚ ਪ੍ਰਫੁੱਲਿਤ ਕਰਨ ਦੇ ਲਈ ਅਸੀਂ ਲੱਗੇ ਹੋਏ ਹਾਂ। ਜਦੋਂ ਤੁਸੀਂ ਪੁਸਤਕਾਂ ਦਾ ਇਹ ਕੰਮ ਸ਼ੁਰੂ ਕੀਤਾ ਤਾਂ ਉਸ ਵੇਲੇ ਤੁਹਾਡੇ ਕੋਲ ਇਨਵੈਸਟਮੈਂਟ ਤੁਸੀਂ ਕਿਸ ਤਰ੍ਹਾਂ ਕੀਤੀ, ਕਿੱਥੋਂ ਆਈ ਅਤੇ ਕਿੰਨੀਆਂ ਕੁ ਪੁਸਤਕਾਂ? ਜੀ ਇਨਵੈਸਟਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਟੂਡੈਂਟ ਹਾਂ ਨਾ, ਵਿਦਿਆਰਥੀਆਂ ਕੋਲ ਕੋਈ ਇਨਕਮ ਦਾ ਸੋਰਸ ਤਾਂ ਹੁੰਦਾ ਨਹੀਂ, ਤਾਂ ਅਸੀਂ ਇਸ ਤਰ੍ਹਾਂ ਕੀਤਾ ਕਿ ਕੁਛ ਦੋਸਤਾਂ ਜਾਣਕਾਰਾਂ ਤੋਂ ਕੁਛ ਪੈਸੇ ਫੜ ਕੇ ਜਾਂ ਕੁਛ ਪ੍ਰਕਾਸ਼ਕ, ਕਿਉਂਕਿ ਕਿਤਾਬਾਂ ਦੇ ਨਾਲ ਜੁੜੇ ਹੋਏ ਆ ਤਾਂ ਇਸ ਤਰ੍ਹਾਂ ਦਾ ਸਰਕਲ ਹੁੰਦਾ ਹੈ ਨਾ, ਤਾਂ ਕੁਛ ਪ੍ਰਕਾਸ਼ਕਾਂ ਦੇ ਨਾਲ ਜਿਹੜੇ ਜਾਣਕਾਰ ਸੀ ਤਾਂ ਉਹਨਾਂ ਤੋਂ ਕੁਛ ਕਿਤਾਬਾਂ ਉਧਾਰ ਲੈ ਕੇ, ਤਾਂ ਇਸ ਤਰ੍ਹਾਂ ਦਾ ਅਸੀਂ ਕੰਮ ਸ਼ੁਰੂ ਕੀਤਾ। ਅਤੇ ਉਹਨਾਂ ਨੂੰ ਇਸ ਤਰ੍ਹਾਂ ਦਾ ਕਿਹਾ ਕਿ ਭਾਈ ਤੁਸੀਂ ਜਦੋਂ ਅਸੀਂ ਕਿਤਾਬਾਂ ਵੇਚ ਕੇ ਤੁਹਾਨੂੰ ਉਸ ਹਿਸਾਬ ਨਾਲ ਪੈਸੇ ਦਿੰਦੇ ਰਹਾਂਗੇ, ਤਾਂ ਕਿਉਂਕਿ ਸਾਡਾ ਕੋਈ ਵਪਾਰਕ ਉਹਨੂੰ ਅਸੀਂ ਮੁੱਖ ਨਹੀਂ ਲੈ ਕੇ ਚੱਲ ਰਹੇ ਕਿ ਅਸੀਂ ਇਹਦੇ ਤੋਂ ਕੋਈ ਬਹੁਤ ਮੁਨਾਫਾ ਕਮਾ ਲਾਂਗੇ, ਸਾਡਾ ਮੇਨ ਮਕਸਦ ਤਾਂ ਹੈਗਾ ਕਿ ਪੁਸਤਕ ਸੱਭਿਆਚਾਰ ਨੂੰ ਡਿਵੈਲਪ ਕਰਨੇ, ਜਿਵੇਂ ਕਿ
ਅਸੀਂ ਇੱਕ ਹੋਰ ਸਕੀਮ ਸੋਚਿਆ ਹੋਇਆ ਇਸ ਤਰ੍ਹਾਂ ਦਾ ਕੁਛ ਸਾਡੇ ਦਿਮਾਗ ਦੇ ਵਿੱਚ ਵਿਚਾਰ ਚੱਲ ਰਿਹਾ ਕਿ ਜਿਵੇਂ ਮੈਂ ਖੁਦ ਵਿਦਿਆਰਥੀ ਹਾਂ ਅਤੇ ਮੈਂ ਜਦੋਂ ਅਸੀਂ ਇਹ ਕੰਮ ਨਹੀਂ ਵੀ ਕਰਦੇ ਸੀ ਤਾਂ ਸਾਨੂੰ ਬਹੁਤ ਸਮੱਸਿਆ ਆਉਂਦੀ ਸੀ ਕਿ ਜੇ ਇਹਦੇ ਵਿੱਚ 200 ਰੁਪਈਆ ਹੈ ਤਾਂ ਜੇ 200 ਦੀ ਕੋਈ ਕਿਤਾਬ ਹੈ ਤਾਂ ਉਹਨੂੰ ਅਸੀਂ ਕਿਵੇਂ ਖਰੀਦੀਏ, ਜੇ ਜੇ ਰੁਪਈਏ ਹੀ 200 ਹੈ ਅਸੀਂ ਘਰ ਵੀ ਜਾਣਾ ਪਏ, ਕਿਰਾਇਆ ਵੀ ਲਾਉਣਾ ਆ ਬੱਸ ਦਾ ਜਾਂ ਹੋਰ ਕਈ ਚੀਜ਼ਾਂ ਨੇ, ਤਾਂ ਉਹ ਸਾਰੀਆਂ ਬਹੁਤ ਸਮੱਸਿਆਵਾਂ ਹੁੰਦੀਆਂ ਨੇ ਵਿਦਿਆਰਥੀਆਂ ਨੂੰ। ਤਾਂ ਅਸੀਂ ਸੋਚਿਆ ਹੋਇਆ ਕਿ ਇਸ ਤਰ੍ਹਾਂ ਦਾ ਅਸੀਂ ਇੱਕ ਟੇਬਲ ਸਾਡੇ ਸਟਾਲ ਦੇ ਵਿੱਚ ਭਵਿੱਖ ਦੇ ਵਿੱਚ ਤੁਹਾਨੂੰ ਦਿਸੂਗਾ ਕਿ ਜਿਹਦੇ ਜਿਹੜਾ ਕਿ ਮੁਫਤ ਪੁਸਤਕਾਂ ਦਾ ਹੋਊਗਾ ਜਿਹੜੇ ਲੋੜਵੰਦ ਵਿਦਿਆਰਥੀਆਂ ਦੇ ਲਈ ਜਾਂ ਜਿਹੜੇ ਨਹੀਂ ਖਰੀਦ ਸਕਦੇ, ਤਾਂ ਉਹਦੇ ਲਈ ਇਹ ਹੋਊਗਾ ਕਿ ਜਿਹੜੇ ਖਰੀਦ ਸਕਦੇ ਆ ਜਿਹੜੇ ਪੈਸੇ ਲਾ ਸਕਦੇ ਆ ਉਹਨਾਂ ਨੂੰ ਇਹ ਕਿਹਾ ਜਾਊਗਾ ਕਿ ਤੁਸੀਂ ਆਪਣੀਆਂ ਕਿਤਾਬਾਂ ਦੇ ਨਾਲ ਬਾਕੀ ਸਾਡੀ ਪ੍ਰਦਰਸ਼ਨੀ ਤੋਂ ਇੱਕ ਕਿਤਾਬ ਹੋਰ ਖਰੀਦੋ ਜਿਹੜੀ ਕਿ ਤੁਸੀਂ ਮੁਫਤ ਵਾਲੇ ਟੇਬਲ ਦੇ ਵਿੱਚ ਰੱਖ ਦਿਓ, ਤਾਂ ਕਿ ਤੁਹਾਡੀ ਇੱਥੇ ਰੱਖੀ ਹੋਈ ਕਿਤਾਬ ਨੂੰ ਕੋਈ ਵਿਦਿਆਰਥੀ ਲੋੜਵੰਦ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ ਕਿਤਾਬ ਖਰੀਦਣ ਲਈ ਉਹ ਮੁਫਤ ਵਿੱਚ ਲੈ ਕੇ ਪੜ੍ਹ ਸਕੇ। ਤਾਂ ਸਾਡਾ ਮੇਨ ਮਕਸਦ ਹੈ ਕਿ ਅਸੀਂ ਇਸ ਤਰ੍ਹਾਂ ਦੇ ਰਚਨਾਤਮਕ ਗਤੀਵਿਧੀਆਂ ਦੇ ਨਾਲ ਨਵੇਂ ਨਵੇਂ ਆਈਡੀਆਜ਼ ਸੋਚ ਕੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਅਤੇ ਇਸ ਤਰ੍ਹਾਂ ਦਾ ਕੁਛ ਕਰੀਏ ਕਿ ਜਿਹੜਾ ਕਿਤਾਬਾਂ ਅੱਖਰ ਗਿਆਨ ਸ਼ਬਦ ਗਿਆਨ ਹੈ ਉਹ ਲੋਕਾਂ ਤੱਕ ਬਹੁਤ ਸੌਖੇ ਢੰਗ ਨਾਲ ਪਹੁੰਚ ਸਕੇ, ਜੇ ਉਹ ਨਹੀਂ ਵੀ ਪੈਸੇ ਕਰ ਸਕਦੇ ਤਾਂ ਵੀ ਉਹਨਾਂ ਤੱਕ ਕਿਸੇ ਨਾ ਕਿਸੇ ਢੰਗ ਨਾਲ ਜ਼ਰੂਰ ਪਹੁੰਚੇ। ਇਹ ਜਿਹੜਾ ਤੁਹਾਡਾ ਕਨਸੈਪਟ ਹੈ ਨਵਾਂ ਕਨਸੈਪਟ ਹੈ ਨਾ, ਇਹ ਤਾਂ ਕਦੇ ਜਿੱਦਾਂ ਠੇਕਾ ਕਿਤਾਬ ਇਹ ਲਿਖਿਆ ਆਪਣੇ ਸਮਾਜ 'ਚ ਬੜੀ ਜਲਦੀ ਵਿਵਾਦ ਬਣ ਜਾਂਦਾ ਕੋਈ ਨਾ ਕੋਈ ਚੀਜ਼ ਜਿਹੜੀ ਹੈ, ਇਹ ਕਦੀ ਕਿਸੇ ਇਸ ਤਰ੍ਹਾਂ ਦੇ ਵਿਵਾਦ ਦਾ ਵੀ ਸਾਹਮਣਾ ਕਰਨਾ ਪਿਆ ਤੁਹਾਨੂੰ, ਕਿਸੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਕਿਤੇ? ਜੀ, ਕਿਉਂਕਿ 1 ਸਾਲ ਹੋ ਗਿਆ ਤੁਹਾਨੂੰ ਇਹ ਜੀ। ਹਜੇ ਪਿਛਲੇ ਮਹੀਨੇ ਦੀ ਗੱਲ ਹੈ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਸਟਾਲ ਲਾਇਆ ਸੀਗਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਨੂੰ ਸਮਰਪਿਤ, ਉੱਥੇ ਪੁਸਤਕ ਮੇਲਾ ਸੀ ਕਾਫੀ ਵੱਡਾ, ਤਾਂ ਉੱਥੇ ਪਬਲੀਕੇਸ਼ਨ ਬਿਊਰੋ ਦੇ ਜਿਹੜੇ ਯੂਨੀਵਰਸਿਟੀ ਦੇ ਅਧਿਕਾਰੀ ਹੈ ਉਹਨਾਂ ਨੇ ਆ ਕੇ ਸਾਨੂੰ ਕਿਹਾ ਕਿ ਤੁਸੀਂ ਆਪਦਾ ਪੋਸਟਰ ਉਤਾਰ ਦਿਓ ਕਿਉਂਕਿ ਇਹਦੇ ਉੱਤੇ ਠੇਕਾ ਸ਼ਬਦ ਲਿਖਿਆ ਉਹ ਵਿਵਾਦਮਈ ਹੈ। ਤਾਂ ਅਸੀਂ ਕਿਹਾ ਵੀ ਜੇ ਠੇਕਾ ਸ਼ਬਦ ਸੁਣ ਕੇ ਤੁਹਾਡੇ ਮਨ 'ਚ ਸ਼ਰਾਬ ਆਉਂਦਾ ਤਾਂ ਸਾਡੀ ਇਹਦੇ 'ਚ ਕੀ ਗਲਤੀ ਹੈ, ਕਿਉਂਕਿ ਠੇਕੇ ਦਾ ਤਾਂ ਸ਼ਰਾਬ ਨਾਲ ਕੋਈ ਸਿੱਧਾ ਸੰਬੰਧ ਹੀ ਨਹੀਂ, ਤਾਂ ਅਸੀਂ ਆਪਦੇ ਮਨ 'ਚ ਵੈਸੇ ਸੋਚ ਲਿਆ ਹੋਇਆ ਕਿ ਠੇਕੇ ਦਾ ਸ਼ਰਾਬ ਨਾਲ ਹੀ ਜੋੜ ਬਣਦਾ, ਕਿਉਂਕਿ ਠੇਕੇ 'ਤੇ ਤਾਂ ਫਿਰ ਪੰਜਾਬ ਸਰਕਾਰ ਅਧਿਕਾਰੀ ਜਿਹੜੀ ਰੱਖਦੀ ਹੈ, ਕਰਮਚਾਰੀ ਭਰਤੀ ਹੁੰਦੀ ਉਹ ਵੀ ਠੇਕੇ 'ਤੇ ਭਰਤੀ ਹੁੰਦੇ ਆ, ਮਿਸਤਰੀ ਠੇਕੇ ਲੈਂਦੇ ਆ, ਠੇਕੇ ਦਾ ਉਹਦਾ ਕੰਟਰੈਕਟ ਹੁੰਦਾ ਇੱਕ ਹੈ ਨਾ, ਜਾਂ ਹੋਰ ਵੱਖਰੇ ਵੱਖਰੇ ਅਰਥਾਂ 'ਚ ਇਹਨੂੰ ਦੇਖ ਸਕਦੇ ਹਾਂ, ਪਰ ਕਿਸੇ ਵੀ ਤਰ੍ਹਾਂ ਨਾਲ ਜਿਹੜੇ ਵੀ ਅਰਥਾਂ 'ਚ ਲਓ ਇਹ ਨਕਾਰਾਤਮਕ ਜਾਂ ਉਹ ਅਰਥ ਨਹੀਂ ਹੋ ਸਕਦਾ, ਜਾਂ ਕਿਸੇ ਵੀ ਤਰ੍ਹਾਂ ਨਾਲ ਵਿਵਾਦਮਈ ਨਹੀਂ ਹੋ ਸਕਦਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਾਪਰਿਆ ਜੀ, ਤਾਂ ਉੱਥੇ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਕੋਈ ਲੌਜਿਕ ਸਾਨੂੰ ਪੇਸ਼ ਕਰੋ ਅਸੀਂ ਉਤਾਰ ਲਾਂਗੇ, ਪਰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕਹਿ ਰਹੇ ਹਾਂ ਇਸ ਕਰਕੇ ਉਤਾਰੋ, ਅਸੀਂ ਕਿਹਾ ਇਸ ਕਰਕੇ ਤਾਂ ਅਸੀਂ ਨਹੀਂ ਉਤਾਰਾਂਗੇ, ਤਾਂ ਉੱਥੋਂ ਦੀ ਅਸੀਂ ਵਿਦਿਆਰਥੀ ਜਥੇਬੰਦੀਆਂ ਨੂੰ ਨਾਲ ਲੈ ਕੇ ਇਹਦੇ ਖਿਲਾਫ ਪ੍ਰੋਟੈਸਟ ਕੀਤਾ, ਉੱਥੋਂ ਦੇ ਅਧਿਕਾਰੀਆਂ ਦੇ ਖਿਲਾਫ, ਅਤੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਾਹਿਤਕ ਸਮਾਗਮ ਚੱਲ ਰਿਹਾ ਸੀ ਉਹਦੀ ਸਟੇਜ 'ਤੇ ਇਹ ਮਸਲਾ ਵੀ ਉੱਠਿਆ, ਅਤੇ ਉੱਥੇ ਪੰਜਾਬੀ ਦੇ ਜਿਹੜੇ ਚਿੰਤਕ ਨੇ ਲੇਖਕ ਨੇ ਜਸਵੰਤ ਸਿੰਘ ਜਫਰ ਹੋਣੀ ਸੀਗੇ, ਡਾਕਟਰ ਸੁਰਜੀਤ ਸੀਗੇ ਪੰਜਾਬੀ ਭਾਗ ਦੇ ਮੁਖੀ ਨੇ ਪੰਜਾਬੀ ਯੂਨੀਵਰਸਿਟੀ ਦੇ, ਬਜਿੰਦਰ ਨਸਰਾਲੀ ਜੀ ਸੀਗੇ, ਹੋਰ ਲੇਖਕ ਸੀਗੇ, ਤਾਂ ਉਹਨਾਂ ਦੇ ਕੋਲ ਜੇ ਤੁਸੀਂ ਗੱਲ ਰੱਖੀ ਤਾਂ ਉਹਨਾਂ ਨੇ ਵੀ ਹੈਰਾਨੀ ਪ੍ਰਗਟਾਈ ਵੀ ਇਹ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ, ਤਾਂ ਉੱਥੋਂ ਦੇ ਪੰਜਾਬੀ ਵਿਭਾਗ ਨੇ ਅਤੇ ਉਸ ਤੋਂ ਇਲਾਵਾ ਜਿਹੜੇ ਜਸਵੰਤ ਸਿੰਘ ਜਫਰ ਜੀ ਸੀ ਜਾਂ ਹੋਰ ਲੇਖਕ ਸੀਗੇ ਉਹਨਾਂ ਨੇ ਇਸ ਗੱਲ 'ਤੇ ਦੀ ਨਿੰਦਾ ਕੀਤੀ ਕਿ ਯੂਨੀਵਰਸਿਟੀ ਦੇ ਅਧਿਕਾਰੀ ਜਿਹੜਾ ਕੁਛ ਇਹ ਕਰ ਰਹੇ ਆ ਇਹ ਗਲਤ ਕਰ ਰਹੇ ਆ, ਸਮਾਂ ਇਹ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਇਹ ਵਿਦਿਆਰਥੀ ਨੌਜਵਾਨ ਨੇ ਜਿਹੜੇ ਇਸ ਤਰ੍ਹਾਂ ਦਾ ਕੁਛ ਨਵਾਂ ਕਰ ਰਹੇ ਨੇ ਤਾਂ ਇਹਨਾਂ ਨੂੰ ਤਾਂ ਉਤਸ਼ਾਹ ਦੇਣਾ ਚਾਹੀਦਾ ਯੂਨੀਵਰਸਿਟੀ ਨੂੰ ਕਿ ਇੱਕ ਤਰ੍ਹਾਂ ਦੀ ਨਸ਼ਿਆਂ ਦੇ ਖਿਲਾਫ ਵੀ ਮੁਹਿੰਮ ਹੈ, ਤਾਂ ਉਹਨਾਂ ਨੇ ਕਿਹਾ ਕਿ ਸ਼ਬਦ ਤਾਂ ਕਿਸੇ 'ਤੇ ਕਿਸੇ ਤੱਕ ਉਹ ਨਹੀਂ ਨਾ ਹੁੰਦਾ ਕੰਟਰੋਲ, ਕਿ ਜਿਵੇਂ ਕਿ ਜਸਵੰਤ ਸਿੰਘ ਜਫਰ ਉਹਨਾਂ ਨੇ ਉੱਥੇ ਇੱਕ ਉਦਾਹਰਨ ਦਿੱਤੀ ਵੀ ਜਲੂਸ ਸ਼ਬਦ ਜਿਵੇਂ ਨਗਰ ਕੀਰਤਨ ਵਾਸਤੇ ਪਹਿਲਾਂ ਵਰਤਿਆ ਜਾਂਦਾ ਸੀਗਾ ਅਤੇ ਅੱਜ ਉਹਨੂੰ ਬਹੁਤ ਨਕਾਰਾਤਮਕ ਸ਼ਬਦ ਜਲੂਸ ਸ਼ਬਦ ਨੂੰ ਲਿਆ ਜਾਂਦਾ, ਅਤੇ ਅੱਜ ਤੁਸੀਂ ਨਗਰ ਕੀਰਤਨ ਨੂੰ ਜਲੂਸ ਕਹੋਗੇ ਤਾਂ ਉਹ ਵਿਵਾਦ ਹੋ ਸਕਦਾ ਕਿਸੇ ਦੇ ਲਈ, ਅਤੇ ਇਸ ਕਰਕੇ ਫਿਰ ਸ਼ਬਦ ਤਾਂ ਲੋਕਾਂ ਦੇ ਬਣਾਏ ਹੀ ਬਣਦੇ, ਇਹਨਾਂ ਨੇ ਸ਼ਬਦ 'ਤੇ ਤਾਂ ਤੁਸੀਂ ਕੋਈ ਇਹ ਨਹੀਂ ਹੋ ਸਕਦਾ ਕੋਈ ਠੇਕਾ ਸ਼ਬਦ ਹੈ ਤਾਂ ਤੂੰ ਮਾੜਾ ਹੀ ਹੋ ਗਿਆ, ਜੇ ਕਿਸੇ ਨੇ 4 ਲੋਕਾਂ ਨੇ ਸੋਚ ਲਿਆ ਕਿ ਮਾੜਾ ਹੁੰਦਾ ਤਾਂ ਮਾੜਾ ਹੀ ਹੋ ਗਿਆ, ਇਹ ਤਾਂ ਫਿਰ ਬਣਾਇਆ ਬਣਦੇ ਨੇ ਅਤੇ ਜਿਹੜੀਆਂ ਰੀਤਾਂ ਨੇ ਪਰੰਪਰਾਵਾਂ ਨੇ ਤਾਂ ਤੋੜੇ ਨਹੀਂ ਤੋੜਦੀਆਂ, ਅਤੇ ਪੰਜਾਬ ਦੀ ਤਾਂ ਵੈਸੇ ਵੀ ਰਵਾਇਤ ਰਹੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਨੇ ਜਦੋਂ ਲੋਕਾਂ ਨੂੰ ਜਗਾਉਣ ਦੇ ਲਈ ਜਿਹੜੀ ਆਪਦੀ ਕੁਰਬਾਨੀ ਕੀਤੀ ਜਾਂ ਹੋਰ ਵੀ ਜਿੰਨੀਆਂ ਪੰਜਾਬ ਦੀ ਤਾਂ ਧਰਤੀ ਦਾ ਇਤਿਹਾਸ ਰਿਹਾ ਕਿ ਰਵਾਇਤਾਂ ਜਿਹੜੀਆਂ ਇਹ ਤੋੜੀਆਂ ਜਾਣੀਆਂ ਚਾਹੀਦੀਆਂ ਅਤੇ ਜਿਹੜਾ ਹੈਗਾ ਲੀਹ ਤੋਂ ਹਟ ਕੇ ਕੁਛ ਕੀਤਾ ਜਾਣਾ ਚਾਹੀਦਾ, ਕਿਉਂਕਿ ਜਦੋਂ ਵਗਦੀ ਗੰਗਾ ਜਿਹੜੀ ਚੱਲੀ ਜਾਂਦੀ ਹੈ ਜੇ ਵਗਦੀ ਗੰਗਾ 'ਚ ਪਾਣੀ 'ਚ ਤੁਰਨ ਵਾਲੀਆਂ ਸਿੱਧੀਆਂ ਪਾਣੀ ਦੇ ਵਹਾਲ ਨੂੰ ਤੁਰਨ ਵਾਲੀ ਤਾਂ ਉਹ ਮਰੀਆਂ ਮੱਛੀਆਂ ਹੁੰਦੀਆਂ, ਉਹ ਤਾਂ ਲਾਸ਼ਾਂ ਹੁੰਦੀਆਂ ਜਿਹੜੀਆਂ ਪਾਣੀ ਦੇ ਹਿਸਾਬ ਨਾਲ ਹੀ ਚੱਲਦੀਆਂ, ਅਤੇ ਜੇ ਤੁਸੀਂ ਪਾਣੀਆਂ ਤੋਂ ਉਲਟ ਚੱਲਣਾ ਹੈ ਤਾਂ ਉੱਥੇ ਤੁਹਾਨੂੰ ਹਿੰਮਤ ਦੀ ਵੀ ਲੋੜ ਪਊਗੀ, ਕੁਛ ਨਵਾਂ ਜਦੋਂ ਤੁਸੀਂ ਕਰੋਗੇ ਤਾਂ ਉਹਦਾ ਫਿਰ ਵਿਰੋਧ ਵੀ ਹੋਊਗਾ, ਲੋਕ ਉਹਨੂੰ ਵਿਵਾਦਮਈ ਵੀ ਬਣਾਉਣਗੇ। ਪਰ ਉੱਥੇ ਜਿੱਤ ਮਿਲੀ ਜੀ? ਬਿਲਕੁਲ ਜਿੱਤ ਮਿਲੀ, ਅਸੀਂ 5 ਦਿਨ ਸਾਡਾ ਉੱਥੇ ਜਿਹੜਾ ਹੈਗਾ ਪੁਸਤਕ ਮੇਲੇ ਦੇ ਵਿੱਚ ਇਸੇ ਬੈਨਰ ਤਹਿਤ ਸਾਡਾ ਇਹ ਪ੍ਰਦਰਸ਼ਨੀ ਲੱਗੀ ਵੀ ਰਹੀ ਅਤੇ ਉੱਥੇ ਦੇ ਵਿਦਿਆਰਥੀ ਜਥੇਬੰਦੀਆਂ ਨੇ ਸਾਡਾ ਸਾਥ ਦਿੱਤਾ, ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੇ ਸਾਡਾ ਸਾਥ ਦਿੱਤਾ,
ਇੱਕਦਮ ਉਹ ਜਦੋਂ ਵੇਖਦੇ ਨੇ, ਜਿਵੇਂ ਹੁਣ ਪੁਸਤਕ ਮੇਲੇ 'ਚ ਵੀ ਨੌਜਵਾਨ ਘੁੰਮ ਰਹੇ ਹੋਣਗੇ ਨਾ, ਕੁਛ ਇਹੋ ਜਿਹੇ ਕਮੈਂਟ ਜਿਹੜੇ ਤੁਹਾਨੂੰ ਯਾਦ ਨੇ? ਹਾਂ, ਕੁਛ ਕਾਲਜ ਦੇ ਨੌਜਵਾਨ ਜਿਵੇਂ ਇੱਥੇ ਵੀ ਘੁੰਮ ਰਹੇ ਹੋਣਗੇ ਤਾਂ ਇੱਕਦਮ ਉਹ ਕਹਿਣਗੇ ਠੇਕਾ, ਉਹ ਅਗਲੇ ਸ਼ਬਦ ਤੋਂ ਪਹਿਲਾਂ ਹੀ ਉਹਨੂੰ ਲੱਗਦਾ ਹੈ ਇਹ ਕਿੱਥੇ ਇੱਥੇ ਠੇਕਾ ਕਿਵੇਂ ਆ ਗਿਆ। ਤਾਂ ਪਰ ਉਹ ਜਦੋਂ ਫਿਰ ਧਿਆਨ ਨਾਲ ਨਹੀਂ ਖੜ ਕੇ ਵੇਖਦੇ ਆ ਕਿ ਨਹੀਂ ਇਹ ਤਾਂ ਕਿਤਾਬਾਂ ਦਾ ਠੇਕਾ, ਤਾਂ ਫਿਰ ਤਾਂ ਇੱਕਦਮ ਇੱਥੇ ਆਉਂਦੇ ਆ ਤਾਂ ਫਿਰ ਉਹ ਕਹਿਣਗੇ ਕਿ ਭਈ ਤੁਸੀਂ ਦਿਓ ਸਾਨੂੰ ਇੱਕ ਦੇਸੀ ਦਾਦੀਆ ਦੇ ਦਿਓ, ਤਾਂ ਮਤਲਬ ਕੋਈ ਭਾਰਤ ਦੀ ਕਿਤਾਬ, ਪੰਜਾਬੀ ਦੀ ਕੋਈ ਵਧੀਆ ਕਿਤਾਬ ਦਿਓ। ਤਾਂ ਇਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਸੈਲਫੀਆਂ ਦਾ ਜਿਵੇਂ ਕਰੇਜ਼ ਹੁੰਦਾ ਨਾ, ਤਾਂ ਜਿਵੇਂ ਲੋਕ ਨਸ਼ੇ ਵਾਲੀ ਬੋਤਲ ਨੂੰ ਫੜ ਕੇ ਪੀਂਦੇ ਨੇ, ਤਾਂ ਇਸ ਤਰ੍ਹਾਂ ਕਿਤਾਬ ਨੂੰ ਇਸ ਤਰ੍ਹਾਂ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਸੈਲਫੀ ਲੈ ਰਹੇ ਸੀ। ਤਾਂ ਨੌਜਵਾਨਾਂ ਨੂੰ ਇਹ ਚੀਜ਼ ਨਵੀਂ ਲੱਗਦੀ, ਅਟਰੈਕਟਿਵ ਲੱਗਦੀ, ਉਹ ਪਸੰਦ ਕਰਦੇ ਨੇ। ਤਾਂ ਜੇ ਤੁਸੀਂ ਦੇਖੋ ਕਿ ਜੇ ਇਸ ਬਹਾਨੇ ਹੀ ਜੇ ਨੌਜਵਾਨ ਕਿਤਾਬਾਂ ਨਾਲ ਜੁੜ ਜਾਂਦੇ ਆ, ਪੁਸਤਕ ਸੱਭਿਆਚਾਰ ਨਾਲ ਜੁੜ ਜਾਂਦੇ ਆ, ਜੇ ਉਹਨਾਂ ਨੂੰ ਆਪਦੇ ਹੱਕਾਂ ਦੀ, ਆਪਦੇ ਫਰਜ਼ਾਂ ਦੀ, ਅਧਿਕਾਰਾਂ ਦੀ ਸਮਝ ਆ ਜਾਂਦੀ ਹੈ, ਤਾਂ ਫਿਰ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ? ਜਦੋਂ ਇਸ ਤਰ੍ਹਾਂ ਨੌਜਵਾਨ ਸੈਲਫੀਆਂ ਲੈ ਰਹੇ ਸੀ, ਹੈ ਨਾ, ਅਤੇ ਤੁਸੀਂ ਜਿਸ ਦਿਨ ਇਹ ਮਿਸ਼ਨ ਸ਼ੁਰੂ ਕੀਤਾ, ਅਤੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਮਤਲਬ ਮਹਿਸੂਸ ਹੋ ਰਿਹਾ ਸੀ ਉਸ ਵੇਲੇ? ਜਿਸ ਦਿਨ ਮਿਸ਼ਨ ਸ਼ੁਰੂ ਕੀਤਾ ਉਸ ਦਿਨ ਬਹੁਤ ਖਾਸੇ ਹੁੰਦੇ ਨੇ ਵੀ ਇਹ ਸਫਲ ਹੋਊਗਾ ਕਿ ਨਹੀਂ ਹੋਊਗਾ, ਹੈ ਨਾ, ਅਤੇ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਸ਼ਵ ਵਿਦਿਆਲਿਆ ਦੇ ਵਿੱਚ ਉੱਥੋਂ ਦੇ ਵਿਦਿਆਰਥੀ ਤੁਹਾਡੀਆਂ ਪੁਸਤਕਾਂ ਲੈ ਕੇ ਤੁਹਾਡੇ ਆਈਡੀਆ ਦੇ ਨਾਲ ਸਕਸੈਸ ਹੁੰਦਾ ਦਿਖ ਰਿਹਾ, ਤਾਂ ਉਸ ਵੇਲੇ ਤੁਹਾਨੂੰ ਕੀ ਲੱਗਿਆ? ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ, ਸ਼ੁਰੂਆਤ ਦੇ ਵਿੱਚ ਜਿਵੇਂ ਉੱਥੇ ਵਿਵਾਦ ਹੋਇਆ ਉਹਦਾ ਵਿਰੋਧ ਵੀ ਹੁੰਦਾ, ਪਰ ਫਿਰ ਜਦੋਂ ਕਿਉਂਕਿ ਚੀਜ਼ਾਂ ਨੂੰ ਅਸੈਪਟ ਅਤੇ ਇਨਕਾਰ ਤਾਂ ਉਹ ਲੋਕਾਂ ਨੇ ਹੀ ਕਰਨਾ ਹੁੰਦਾ ਹੈ ਨਾ, ਜਦੋਂ ਲੋਕ ਇਹਦੇ ਵਿੱਚ ਸਾਥ ਦੇ ਰਹੇ ਨੇ, ਪੰਜਾਬ ਦੇ ਨੌਜਵਾਨ ਇਸ ਚੀਜ਼ ਨੂੰ ਹੁੰਗਾਰਾ ਦੇ ਰਹੇ ਨੇ, ਤਾਂ ਫਿਰ ਸਾਨੂੰ ਖੁਸ਼ੀ ਮਿਲਦੀ ਹੈ ਕਿ ਅਸੀਂ ਹੋਰ ਤੇਜ਼ੀ ਨਾਲ ਇਹਨੂੰ ਕਰਾਂਗੇ। ਔਰ ਜਦੋਂ ਅਸੀਂ ਨਕਾਰਾਤਮਕ ਚੀਜ਼ਾਂ ਨੂੰ ਜੇ ਸਕਾਰਾਤਮਕ ਰੂਪ ਦੇ ਵਿੱਚ ਆਪਾਂ ਬਦਲ ਦਈਏ, ਜੇ ਬਦਲ ਦਈਏ ਸੱਭਿਆਚਾਰ ਦੇ ਵੀ ਸਾਨੂੰ ਬਦਲ ਦੇਣ ਦੀ ਲੋੜ ਹੈ, ਜਿਹੜੀ ਰਾਜਨੀਤੀ ਦੇ ਵਿੱਚ ਮਾੜੇ ਲੋਕ ਨੇ ਉਹਨਾਂ ਦਾ ਵੀ ਬਦਲ ਦੇਣ ਦੀ, ਚੰਗੇ ਥਾਵਾਂ ਦੇ ਲੋਕਾਂ ਦੀ ਬਦਲ ਦੇਣ ਦੀ ਲੋੜ। ਪਿੰਡ ਜਿਹੜੇ ਨੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਨੇ ਇਸ ਵੇਲੇ, ਅਤੇ ਆਪਾਂ ਕਹਿ ਲਈਏ ਕਿ ਤੁਹਾਡੇ ਇਸ ਠੇਕੇ ਨਾਲੋਂ ਪਹਿਲਾਂ ਜਲਦੀ ਉਹ ਖੁੱਲ੍ਹੇ, ਸਕੂਲਾਂ ਨਾਲੋਂ ਕਹਿ ਲਈਏ ਜਾਂ ਤੁਹਾਡੇ ਇਸ ਠੇਕੇ ਨਾਲੋਂ ਪਹਿਲਾਂ ਜਿਹੜੇ ਉਹ ਸ਼ਰਾਬ ਦੇ ਠੇਕੇ ਖੁੱਲ੍ਹ ਜਾਂਦੇ ਨੇ, ਹੈ ਨਾ, ਪੰਜਾਬ ਦੇ ਵਿੱਚ ਸਵੇਰੇ ਸਵੇਰੇ, ਅਤੇ ਤੁਹਾਨੂੰ ਨਹੀਂ ਲੱਗਦਾ ਵੀ ਇਹੋ ਜਿਹੇ ਠੇਕਿਆਂ ਦੀ ਹੁਣ ਉਹਨਾਂ ਠੇਕਿਆਂ ਦੇ ਬਰਾਬਰ ਜਿਹੜੇ ਕਿਤਾਬ ਦੇ ਠੇਕਿਆਂ ਦੀ ਲੋੜ? ਜੀ, ਸਾਨੂੰ ਲੱਗਦਾ ਬਿਲਕੁਲ, ਜਿਵੇਂ ਕਿ ਪੰਜਾਬ ਸਰਕਾਰ ਉਹਨਾਂ ਨੂੰ ਮਨਜ਼ੂਰੀ ਦਿੰਦੀ ਹੈ ਸ਼ਰਾਬ ਦੇ ਠੇਕਿਆਂ ਨੂੰ ਜੇ ਪਿੰਡ ਪਿੰਡ 'ਚ ਦੇ ਸਕਦੀ ਹੈ, ਤਾਂ ਫਿਰ ਕਿਉਂ ਨਹੀਂ ਸਰਕਾਰ ਇਹ ਕਰ ਸਕਦੀ ਕਿ ਹਰ ਪਿੰਡ ਦੇ ਵਿੱਚ ਕਿਤਾਬਾਂ ਦਾ ਠੇਕਾ ਸਰਕਾਰ ਖੋਲ੍ਹੇ, ਸਰਕਾਰ ਮਨਜ਼ੂਰੀ ਦੇਵੇ, ਨਾਲੇ ਪੰਜਾਬ ਦੇ 12,000 ਤੋਂ ਵੱਧ ਪਿੰਡ ਨੇ, ਤਾਂ 12,000 ਤੋਂ ਵੱਧ ਨੌਜਵਾਨਾਂ ਨੂੰ ਉੱਥੇ ਰੁਜ਼ਗਾਰ ਵੀ ਮਿਲ ਜੂਗਾ ਕਿ ਤੁਸੀਂ ਪੰਜਾਬ ਸਰਕਾਰ ਬਣਾਵੇ ਲਾਇਬ੍ਰੇਰੀਆਂ ਹਰ ਪਿੰਡ ਦੇ ਵਿੱਚ, ਉਹਨਾਂ ਨੂੰ ਕਿਤਾਬਾਂ ਦੇ ਠੇਕਿਆਂ ਦਾ ਨਾਂ ਦੇ ਦੇਵੇ, ਨਾਲੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ, ਨਾਲੇ ਨੌਜਵਾਨ ਪੜ੍ਹ ਲਿਖ ਕੇ ਸਿਆਣੇ ਹੋਣਗੇ, ਉਹਨਾਂ ਨੂੰ ਆਪਦੇ ਹੱਕਾਂ ਦਾ ਪਤਾ ਲੱਗੂਗਾ, ਉਹ ਸ਼ਬਦ ਸੱਭਿਆਚਾਰ ਨਾਲ ਜੁੜਨਗੇ, ਕਿਉਂਕਿ ਤੁਸੀਂ ਦੇਖਿਆ ਕਿ ਬਾਹਰਲੇ ਬਹੁਤ ਸਾਰੀਆਂ ਕੰਟਰੀ ਦੇ ਵਿੱਚ ਜਾਂ ਔਰ ਭਾਰਤ ਦੇ ਵਿੱਚ ਵੀ ਜਿਵੇਂ ਅੰਗਰੇਜ਼ੀ ਦੀ ਜਾਂ ਹੋਰ ਕੋਈ ਕਿਤਾਬ ਛਪਦੀ ਹੈ ਤਾਂ ਬਹੁਤ ਸਾਰੀਆਂ ਕਿਤਾਬਾਂ ਲੱਖਾਂ ਦੀ ਗਿਣਤੀ ਦੇ ਵਿੱਚ ਛਪਦੀਆਂ ਨੇ, ਪਰ ਪੰਜਾਬੀ ਦੇ ਵਿੱਚ ਵੀ ਹਾਲਾਂਕਿ ਕੋਈ ਬਿਲਕੁਲ ਹੀ ਇਹ ਨਹੀਂ ਹੈ ਕਿ ਬਿਲਕੁਲ ਹੀ ਨਹੀਂ ਪੜ੍ਹਦੇ, ਪਰ ਉਹਨਾਂ ਦੇ ਮੁਕਾਬਲੇ ਜਾਂ ਬਹੁਤ ਸਾਰੇ ਦੇਸ਼ਾਂ ਦੇ ਮੁਕਾਬਲੇ ਪੰਜਾਬੀ ਦੇ ਵਿੱਚ ਰੁਝਾਨ ਤਾਂ ਹਜੇ ਬਿਲਕੁਲ ਥੋੜ੍ਹਾ ਜਿਹਾ ਹੀ ਆ, ਉਹਦੇ ਵਿੱਚ ਤਾਂ ਅਸੀਂ ਸੇਰ 'ਚੋਂ ਪੂਣੀ ਵੀ ਨਹੀਂ ਕੱਤੀ ਹਜੇ, ਅਤੇ ਇਸ ਕਰਕੇ ਪੰਜਾਬੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋੜ ਹੈ ਕਿ ਇਸ ਤਰ੍ਹਾਂ ਦੇ ਠੇਕੇ ਦਾ, ਜਿਵੇਂ ਘਰ ਘਰ ਸ਼ਰਾਬ ਦੀ ਬੋਤਲ ਪਈ ਹੁੰਦੀ ਹੈ ਤਾਂ ਉਸ ਤਰ੍ਹਾਂ ਫਿਰ ਘਰ ਘਰ ਕਿਤਾਬਾਂ ਕਿਉਂ ਨਹੀਂ ਪਈਆਂ ਹੁੰਦੀਆਂ? ਤੁਸੀਂ ਇਹ ਗੱਲ ਕਰਦੇ ਹੁੰਦੇ ਆ ਕਿ ਜਿਵੇਂ ਆਪਾਂ ਪੰਜਾਬ ਦੇ ਵਿੱਚ ਇਹ ਰਿਵਾਜ਼ ਹੈ ਵੀ ਕਈ ਲੋਕ ਹੁੰਦੇ ਦਾਰੂ ਜਿਹੜੇ ਪੀਂਦੇ ਵੀ ਨਹੀਂ, ਉਹ ਵੀ ਬੋਤਲ ਦੋ ਬੋਤਲਾਂ ਖਰੀਦ ਕੇ ਘਰੇ ਰੱਖ ਲੈਂਦੇ ਵੀ ਚਲੋ ਕਿਤੇ ਆਏ ਗਏ ਦੇ ਕੰਮ ਆਜੂ, ਤਾਂ ਅਸੀਂ ਕਹਿੰਦੇ ਨੇ ਤੁਹਾਨੂੰ ਨਹੀਂ ਵੀ ਪੜ੍ਹਨ ਦਾ ਜੀ ਕਰਦਾ, ਫਿਰ ਵੀ ਤੁਸੀਂ ਇੱਕ ਇਹ ਸੋਚ ਕੇ ਹੀ ਰੱਖ ਲਓ ਵੀ ਚਲੋ ਕਿਤੇ ਨਾ ਕਿਤੇ ਕੰਮ ਆਜੂਗੀ, ਤਾਂ ਇਸ ਕਰਕੇ ਵੀ ਜਦੋਂ ਇਹ ਕਿਤਾਬ ਤੁਹਾਡੇ ਘਰ 'ਚ ਪਈ ਹੋਊਗੀ ਤਾਂ ਕਿਤੇ ਨਾ ਕਿਤੇ ਜਿਵੇਂ ਪਈ ਪਈ ਦਾਰੂ ਤੁਹਾਡੇ ਆਏ ਗਏ ਦੀ ਬਜਾਏ ਤੁਹਾਡੇ ਆਪਦੇ 'ਤੇ ਹੀ ਅਸਰ ਕਰ ਜਾਂਦੀ, ਕਿਤੇ ਵੀ ਜੀ ਕਰ ਪੈਂਦਾ ਵੀ ਚਲੋ ਪੀ ਲਈਏ, ਅਤੇ ਉਸੇ ਤਰ੍ਹਾਂ ਫਿਰ ਪਈ ਪਈ ਕਿਤਾਬ ਕਿਤੇ ਡਿਜਾਇਨ ਵੈਸੇ ਹੀ ਦੋ ਬੰਨੇ ਪੜ੍ਹਨ, ਹਾਂ ਸਜਾਵਟ ਵਾਸਤੇ ਰੱਖੀ ਕਿਤਾਬ ਨੂੰ ਹੋ ਸਕਦਾ ਕਿਤੇ ਤੁਹਾਡਾ ਪੜ੍ਹਨ ਨੂੰ ਜੀ ਕਰਿਆ ਵੀ ਤੁਹਾਡੇ ਆਪਦੇ 'ਤੇ ਹੀ ਉਹ ਅਸਰ ਵਿਖਾ ਦੇਵੇ, ਅਤੇ ਇਸੇ ਤਰ੍ਹਾਂ ਜੇ ਪੰਜਾਬ ਦੇ ਵਿੱਚ ਘਰਾਂ ਲੋਕਾਂ ਦੇ ਘਰਾਂ 'ਚ ਪਏ ਨਸ਼ੇ ਜੇ ਆਪਦਾ ਅਸਰ ਵਿਖਾਉਣਗੇ, ਜੇ ਉਹਨਾਂ ਦੇ ਘਰਾਂ 'ਚ ਜਮ੍ਹਾਂ ਹੋਏ ਗੀਤਾਂ ਰਾਹੀਂ ਅਤੇ ਫੂਡ ਸੱਭਿਆਚਾਰ ਰਾਹੀਂ ਜਿਹੜਾ ਉਹਨਾਂ ਦੇ ਘਰਾਂ 'ਚ ਹਥਿਆਰ ਦਿੱਤੇ ਜਾ ਰਹੇ ਆ ਨੌਜਵਾਨਾਂ ਨੂੰ, ਜੇ ਉਹ ਇੱਕ ਦਿਨ ਆਪਦਾ ਰੰਗ ਦਿਖਾਉਣਗੇ ਤਾਂ ਰੰਗ ਫਿਰ ਉਹਨਾਂ ਦੇ ਘਰਾਂ 'ਚ ਪਈਆਂ ਹੋਈਆਂ ਕਿਤਾਬਾਂ ਵੀ ਵਿਖਾਉਣਗੀਆਂ, ਅਤੇ ਜਦੋਂ ਪੰਜਾਬ ਦੇ ਲੋਕਾਂ ਦੇ ਘਰਾਂ 'ਚ ਪਈਆਂ ਹੋਈਆਂ ਕਿਤਾਬਾਂ ਬੋਲਣਗੀਆਂ, ਜਦੋਂ ਕਿਤਾਬਾਂ ਆਪਦਾ ਰੰਗ ਦਿਖਾਉਣੀਆਂ ਸ਼ੁਰੂ ਕਰਨਗੀਆਂ, ਤਾਂ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਸੋਝੀ ਆਜੂਗੀ ਕਿ ਸ਼ਬਦ ਦੀ ਤਾਕਤ ਕਿੰਨੀ ਕੁ ਹੁੰਦੀ ਹੈ, ਅਤੇ ਫਿਰ ਉਹ ਜਿਹੜਾ ਸ਼ਬਦ ਆ ਉਹਨੂੰ ਸ਼ਬਦ ਨੂੰ ਇੱਕ ਆਪਦਾ ਹਥਿਆਰ ਬਣਾ ਕੇ ਆਪ ਪੰਜਾਬ ਦੇ ਜਿਹੜੇ ਦੁਸ਼ਮਣ ਨੇ ਪੰਜਾਬ ਦੇ ਵਿੱਚ, ਚਾਹੇ ਜਿਹੜੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਨੇ, ਫਿਰ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਗੰਦੇ ਸਿਆਸਤਦਾਨ ਨੇ, ਭ੍ਰਿਸ਼ਟ ਸਿਆਸਤਦਾਨ ਨੇ, ਉਹਨਾਂ ਦੇ ਖਿਲਾਫ਼ ਵੀ ਇੱਕ ਹਥਿਆਰ ਵਜੋਂ ਇਹਨਾਂ ਸ਼ਬਦਾਂ ਨੂੰ ਫਿਰ ਵਰਤਣਗੇ ਉਹ। ਅਪ੍ਰੀਤ, ਮੈਨੂੰ ਲੱਗਦਾ ਤੁਸੀਂ ਇੱਕ ਮਿਸ਼ਨ ਬਣਾ ਕੇ ਚੱਲੇ ਹੋ, ਹੈ ਨਾ, ਵੀ ਸ਼ਰਾਬ ਦੇ ਠੇਕਿਆਂ ਦੀ ਥਾਂ ਕਿਤਾਬ ਦੇ ਠੇਕੇ ਖੁਲਵਾਉਣੇ ਆ, ਹੈ ਨਾ, ਅਤੇ ਇਹਦੇ ਵਾਸਤੇ ਕੀ
ਇਸੇ ਤਰ੍ਹਾਂ ਹੀ ਹੈ ਸਾਡਾ ਕਿ ਇਹਨੂੰ ਵੱਧ ਤੋਂ ਵੱਧ ਜਗ੍ਹਾ 'ਤੇ ਪਹੁੰਚਾਇਆ ਜਾਵੇ, ਇਹ ਚਾਹੇ ਉਹ ਪਿੰਡਾਂ ਦੇ ਵਿੱਚ, ਜਿਵੇਂ ਕਿ ਅਸੀਂ ਖੇਡ ਟੂਰਨਾਮੈਂਟ ਆਮ ਤੌਰ 'ਤੇ ਜੋੜ ਰਹੇ ਹੋ ਨੌਜਵਾਨਾਂ ਨੂੰ ਕਿਸੇ ਨਾਲ? ਬਿਲਕੁਲ, ਨੌਜਵਾਨਾਂ ਨੂੰ, ਜਿਵੇਂ ਅਸੀਂ ਵਿਦਿਆਰਥੀ ਜਥੇਬੰਦੀ ਯੂਥ ਫੋਰ ਸਵਰਾਜ ਹੈ ਉਹਦੇ ਨਾਲ ਵੀ ਜਿਹੜੇ ਨੌਜਵਾਨ ਜੁੜਦੇ ਨੇ, ਉਹਦੇ 'ਚ ਵੀ ਅਸੀਂ ਇੱਕ ਗੋਸ਼ਟ ਨਾਂ ਦਾ ਇੱਕ ਡਿਸਕਸ਼ਨ ਗਰੁੱਪ ਬਣਾਇਆ ਹੋਇਆ, ਗੋਸ਼ਟੀ ਕਰਦੇ ਹਾਂ ਕਾਲਜਾਂ ਦੇ ਵਿੱਚ ਜਾ ਕੇ। ਕੋਈ ਇੱਕ ਚੰਗੀ ਕਿਤਾਬ ਸਾਰਿਆਂ ਨੂੰ, ਮੰਨ ਲਓ ਦੇਤੀ ਛੋਟਾ ਕਿਤਾਬਚਾ ਦੇਤਾ, ਉਹਦੀ ਫੋਟੋ ਕਾਪੀ ਕਰਾ ਕੇ ਵੰਡੀ ਹੈ ਨਾ, ਅਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਜਦੋਂ ਪੜ੍ਹ ਲਈ ਫਿਰ ਉਹਦੇ ਬਾਰੇ ਗੱਲਾਂ ਕਰਨੀਆਂ ਕਿਤਾਬਾਂ ਬਾਰੇ। ਅਸੀਂ ਕਹਿੰਦੇ ਵੀ ਜਦੋਂ ਜੋ ਨੌਜਵਾਨ ਗੀਤ ਸੁਣਦੇ ਆ ਜਾਂ ਗੀਤਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ, ਜੇ ਹੋਰ ਉਹਨਾਂ ਦੇ ਦਿਮਾਗ 'ਚ ਬ੍ਰੈਂਡ ਪਾਏ ਜਾਂਦੇ ਆ ਵੀ ਠੰਡਾ ਮਤਲਬ ਕੋਕਾ ਕੋਲਾ ਹੁੰਦਾ, ਹੋਰ ਜੇ ਕੋਈ ਨੌਜਵਾਨ ਨੂੰ ਪੁੱਛੋ ਕੀ ਚੱਲ ਰਿਹਾ ਤਾਂ ਕਹੂਗਾ ਫੌਗ ਚੱਲ ਰਿਹਾ, ਕਿਉਂਕਿ ਬਾਜ਼ਾਰ ਨੇ ਉਹਨਾਂ ਨੂੰ ਦੱਸਤਾ ਕਿ ਫੌਗ ਚੱਲ ਰਿਹਾ। ਅਤੇ ਇਸੇ ਤਰ੍ਹਾਂ ਜੇ ਉਹਨਾਂ ਦੇ ਦਿਮਾਗ 'ਚ ਉਹਨਾਂ ਦੇ ਆਸ ਪਾਸ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ ਕਿ ਕਿਤਾਬਾਂ ਬਾਰੇ ਗੱਲਾਂ ਹੋਣ, ਚੰਗੇ ਲੇਖਕਾਂ ਬਾਰੇ ਗੱਲਾਂ ਹੋਣ, ਜਿਨ੍ਹਾਂ ਇਨਸਾਨਾਂ ਦੀਆਂ ਜ਼ਿੰਦਗੀਆਂ ਬਦਲਤੀਆਂ ਅੱਖਰਾਂ ਨੇ, ਸ਼ਬਦਾਂ ਨੇ, ਗਿਆਨ ਨੇ, ਜਿਵੇਂ ਮਿੰਟੂ ਗੁਰੂਸਰੀਆ ਹੋਰਾਂ ਦੀ ਆਪਾਂ ਗੱਲ ਕਰਦੇ, ਉੱਥੇ ਫਿਲਮ ਵੀ ਬਣੀ ਡਾਕੂਆਂ ਦਾ ਮੁੰਡਾ, ਉਹਨਾਂ ਦੀ ਕਿਤਾਬ ਹੈ, ਤਾਂ ਕਿਤਾਬਾਂ ਜ਼ਿੰਦਗੀ ਬਦਲ ਸਕਦੀਆਂ। ਜਦੋਂ ਉਸ ਤਰ੍ਹਾਂ ਦੀਆਂ ਚੀਜ਼ਾਂ ਨੌਜਵਾਨਾਂ ਦੇ ਦਿਮਾਗ 'ਚ ਜਾਣਗੀਆਂ, ਆਸ ਪਾਸ ਮਾਹੌਲ ਹੋਊਗਾ, ਤਾਂ ਫਿਰ ਉਹ ਕਿਉਂ ਨਹੀਂ ਜੁੜਨਗੇ? ਜਦੋਂ ਇਸ ਤਰ੍ਹਾਂ ਜੁੜਨਗੇ ਤਾਂ ਸਾਨੂੰ ਲੱਗਦਾ ਕਿ ਪੰਜਾਬ ਦੇ ਹਰੇਕ ਪਿੰਡ 'ਚ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਪਹੁੰਚ ਕੇ, ਸਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਲੋੜ ਹੈ ਅੱਜ ਪੰਜਾਬ ਦੇ ਲੋਕਾਂ ਨੂੰ। ਜਿਵੇਂ ਪਹਿਲਾਂ ਵੀ ਕਿਹਾ ਕਿ ਸ਼ਬਦ ਨੂੰ ਜੇ ਅਸੀਂ ਗੁਰੂ ਮੰਨਦੇ ਹਾਂ ਤਾਂ ਸ਼ਬਦ ਨੂੰ ਮੱਥਿਆਂ 'ਚ ਵਸਾਉਣ ਦੀ ਲੋੜ ਹੈ, ਸ਼ਬਦਾਂ ਤੋਂ ਬਿਨਾਂ ਸਾਡਾ ਸਰਨਾ ਨਹੀਂ, ਚਾਹੇ ਅਸੀਂ ਸ਼ਬਦ ਨੂੰ ਅੱਜ ਅਪਣਾ ਲਈਏ ਅਤੇ ਚਾਹੇ ਕੁਛ ਸਾਲ ਠਹਿਰ ਕੇ ਅਪਣਾ ਲਈਏ, ਇਸ ਤੋਂ ਬਿਨਾਂ ਹੱਲ ਨਹੀਂ ਹੈਗਾ ਸਮੱਸਿਆਵਾਂ ਦਾ। ਕਿਉਂਕਿ ਕਿਤਾਬਾਂ ਸਾਨੂੰ ਦੱਸਦੀਆਂ ਨੇ ਕਿ ਸਮੱਸਿਆਵਾਂ ਦਾ ਹੱਲ ਕੀ ਹੈ, ਕਿਤਾਬਾਂ ਸਾਨੂੰ ਦੱਸਦੀਆਂ ਨੇ ਕਿ ਜੀਵਨ ਅਸੀਂ ਕੱਟ ਰਹੇ ਹਾਂ ਬਹੁਤ ਸਾਰੇ ਲੋਕ, ਅਤੇ ਜੀਵਨ ਜਿਉਣਾ ਕਿਵੇਂ ਹੈ ਅਤੇ ਜੀਵਨ ਦੀ ਸਿਹਤ ਕੀ ਹੋਵੇ ਅਤੇ ਸਮਾਜ ਨੂੰ ਲੈ ਕੇ ਕਿੱਧਰ ਜਾਣਾ ਚਾਹੀਦਾ, ਸਮਾਜ ਬਣਦਾ ਕਿਵੇਂ ਹੈ ਅਤੇ ਸਮਾਜ ਦੇ ਦੁਸ਼ਮਣ ਕੌਣ ਨੇ, ਸਮਾਜ ਦੇ ਮਿੱਤਰ ਕੌਣ ਨੇ, ਸਮਾਜ ਨੂੰ ਲੁੱਟਦੇ ਕੌਣ ਹੈ ਅਤੇ ਸਮਾਜ ਨੂੰ ਬਚਾਉਂਦੇ ਕੌਣ ਹੈ, ਸਮਾਜ ਦਾ ਭਲਾ ਕੌਣ ਕਰਦੇ ਅਤੇ ਨੁਕਸਾਨ ਕੌਣ ਕਰਦੇ, ਸਾਰਾ ਕੁਝ ਸਾਨੂੰ ਅੱਖਰ ਦੱਸਦੇ ਆ, ਸਾਡੀ ਚੇਤਨਾ ਦੱਸਦੀ ਹੈ ਅਤੇ ਚੇਤਨਾ ਸਾਨੂੰ ਇਹਨਾਂ ਕਿਤਾਬਾਂ ਨਹੀਂ ਦੇਣੀਆਂ। ਜਾਣੀ ਤੁਸੀਂ ਕੁਛ ਇਹੋ ਜਿਹੇ ਨੌਜਵਾਨ ਲੱਭ ਰਹੇ ਹੋ ਪਿੰਡ ਜਿਹੜੇ ਤੁਹਾਡੇ ਮਿਸ਼ਨ ਨੂੰ ਫਾਲੋ ਕਰਨ, ਕੋਈ ਇਸ ਤਰ੍ਹਾਂ ਦੇ ਠੇਕੇ ਖੋਲਣ? ਜੀ ਬਿਲਕੁਲ, ਸਾਨੂੰ ਅਸੀਂ ਤਾਂ ਚਾਹੁੰਦੇ ਹਾਂ ਇਹ ਕਿ ਇਸ ਤਰ੍ਹਾਂ ਦੇ ਠੇਕੇ, ਜਿਵੇਂ ਪਹਿਲਾਂ ਵੀ ਕਿਹਾ ਵੀ ਟੱਚ 'ਚ ਆਉਂਦੇ ਨੇ। ਜੀ ਬਿਲਕੁਲ, ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਸਾਡੇ ਨਜ਼ਰ 'ਚ ਹੈਗੇ ਨੇ, ਹਾਲਾਂਕਿ ਸਾਡੇ ਕੋਲ ਕੋਈ ਉਸ ਤਰ੍ਹਾਂ ਦੇ ਆਰਥਿਕ ਸਾਧਨ ਉਹਨੇ ਹੈਗੇ ਨੀਗੇ, ਨਹੀਂ ਹੈਗੇ ਕਿ ਅਸੀਂ ਇਹਨੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਕਿਤਾਬਾਂ ਪਹੁੰਚਾ ਸਕੀਏ, ਪਰ ਇਹ ਸਾਡਾ ਸੁਪਨਾ ਹੈਗਾ ਕਿ ਜਿਸ ਤਰ੍ਹਾਂ ਵੀ ਅਸੀਂ ਕਰ ਸਕੀਏ, ਚਾਹੇ ਥੋੜ੍ਹੀਆਂ ਕਿਤਾਬਾਂ ਜੋੜ ਕੇ, ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ, ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਤਾਬਾਂ ਪਹੁੰਚਾਈਏ। ਮੇਰਾ ਇੱਕ ਆਖਰੀ ਸਵਾਲ ਹੈ, ਜਿੱਦਾਂ ਜਦੋਂ ਅਸੀਂ ਕਾਲਜ 'ਚ ਪੜ੍ਹਦੇ ਹਾਂ ਨਾ, ਸਾਡੇ ਕੋਲ ਪੈਸੇ ਦੀ ਬੜੀ ਕਮੀ ਹੁੰਦੀ ਹੈ, ਫੀਸਾਂ ਵੀ ਭਰਨੀਆਂ ਹੁੰਦੀਆਂ ਨੇ, ਹੋਰ ਖਰਚੇ ਵੀ ਹੁੰਦੇ ਨੇ, ਹੈ ਨਾ, ਅਤੇ ਕਈ ਵਾਰੀ ਅਸੀਂ ਬੁੱਕ ਸਟਾਲ 'ਤੇ ਜਾਂਦੇ ਹਾਂ, ਸਾਡਾ ਬੁੱਕ ਲੈਣ ਨੂੰ ਦਿਲ ਕਰਦਾ ਹੁੰਦਾ, ਪਰ ਅਸੀਂ ਲੈ ਨਹੀਂ ਪਾਉਂਦੇ, ਸਾਡੇ ਕੋਲ ਪੈਸੇ ਉਸ ਹਿਸਾਬ ਨਾਲ ਨਹੀਂ ਹੁੰਦੇ, ਹੈ ਨਾ, ਬੜੇ ਖਰਚੇ ਹੁੰਦੇ ਨੇ, ਤੁਸੀਂ ਖੁਦ ਸਟੂਡੈਂਟ ਹੋ, ਸਮਝਦੇ ਹੋਵੋਗੇ, ਅਤੇ ਉਸ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਤੁਸੀਂ ਕੁਛ ਮਤਲਬ ਕਨਸੈਸ਼ਨ ਦਿੰਦੇ ਹੋ ਉਹਨਾਂ ਵਿਦਿਆਰਥੀਆਂ ਨੂੰ ਕੁਛ ਇਸ ਤਰ੍ਹਾਂ ਦੇ ਨੂੰ? ਜੀ ਬਿਲਕੁਲ, ਅਸੀਂ ਇਸ ਤਰ੍ਹਾਂ ਦਾ ਕਰਦੇ, ਮੈਂ ਪਹਿਲਾਂ ਹੀ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਕੁਛ ਤਰ੍ਹਾਂ ਦਾ ਟੇਬਲ ਸ਼ੁਰੂ ਕਰ, ਦੂਸਰੇ ਪਬਲਿਸ਼ਰਜ਼ ਨਾਲੋਂ, ਦੂਸਰੇ ਬੁੱਕ ਸਟਾਲ ਜਿਹੜੇ ਵਿਕਰੇਤਾਵਾਂ ਨਾਲੋਂ, ਤੁਹਾਡੇ 'ਚ ਇੱਕ ਫਰਕ ਹੈ, ਤੁਸੀਂ ਖੁਦ ਸਟੂਡੈਂਟ ਹੋ, ਤੁਸੀਂ ਉਹਨਾਂ ਦੀ ਸਮੱਸਿਆ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਹੋ। ਜੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਜਦੋਂ ਮੈਂ ਸਕੂਲ ਵੇਲੇ ਤੋਂ ਮੈਨੂੰ ਕਿਤਾਬਾਂ ਪੜ੍ਹਨ ਦੀ ਰੁਚੀ ਪੈ ਗਈ, ਤਾਂ ਕਿਸੇ ਵਕਤ ਮੇਰੀ ਜੇਬ 'ਚ 50 ਰੁਪਏ ਹੁੰਦੇ ਸੀ, ਕਿਸੇ ਵੇਲੇ 70 ਹੁੰਦੇ ਸੀ, ਅਤੇ ਕਿਤਾਬ ਦਾ ਰੇਟ ਵੱਧ ਹੁੰਦਾ ਸੀ ਤਾਂ ਮੈਨੂੰ ਮੋੜ ਕੇ ਜੇਬ 'ਚ ਹੀ ਪਾਉਣ ਨੂੰ ਮਜਬੂਰ ਹੋ ਜਾਂਦਾ ਸੀ, ਕਿਉਂਕਿ ਨਹੀਂ ਖਰੀਦ ਸਕਦਾ ਸੀ। ਤਾਂ ਇਸ ਕਰਕੇ ਸਾਨੂੰ ਲੱਗਦਾ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਇੱਕ ਤਰ੍ਹਾਂ ਇਸ ਤਰ੍ਹਾਂ ਦਾ ਇੱਕ ਟੇਬਲ ਵੀ ਸ਼ੁਰੂ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਲੋੜਵੰਦ ਵਿਦਿਆਰਥੀਆਂ ਲਈ ਮੁਫਤ ਕਿਤਾਬਾਂ ਹੋਣਗੀਆਂ, ਕਿਉਂਕਿ ਜਿਹੜੇ ਕਿਤਾਬਾਂ ਖਰੀਦ ਸਕਦੇ ਆ ਉਹਨਾਂ ਨੂੰ ਕਹਾਂਗੇ ਤੁਸੀਂ ਇੱਕ ਕਿਤਾਬ ਵੱਧ ਖਰੀਦ ਲਓ ਅਤੇ ਤੁਸੀਂ ਇਸ ਫ੍ਰੀ ਵਾਲੇ ਟੇਬਲ 'ਤੇ ਰੱਖ ਲਓ, ਕਿਉਂਕਿ ਲੋੜਵੰਦਾਂ ਤੱਕ ਪਹੁੰਚ ਸਕੇ। ਅਤੇ ਉਸ ਤੋਂ ਇਲਾਵਾ ਵੀ ਸਾਨੂੰ ਹੁੰਦਾ ਵੀ ਜੇ ਕੋਈ ਪੜ੍ਹਨ ਵਾਲਾ ਵਿਦਿਆਰਥੀ ਹੈ ਤਾਂ ਉਹਨੂੰ ਜਿੰਨੀ ਵੀ ਸਸਤੀ ਤੋਂ ਸਸਤੀ ਕਿਤਾਬ ਦਿੱਤੀ ਜਾ ਸਕੇ, ਸਾਨੂੰ ਇਹ 'ਚ ਇੰਨਾ ਕੀ ਹੁੰਦਾ ਕਿ ਅਸੀਂ ਥੋੜ੍ਹਾ ਬਹੁਤ ਆਪਦਾ ਖਰਚਾ ਆਉਣ ਜਾਣ ਦਾ ਜਾਂ ਹੋਰ ਛੋਟੇ ਮੋਟੇ ਖਰਚ ਕੱਢ ਸਕੀਏ। ਕੋਈ ਇਹ ਬਹੁਤ ਉਸ ਤਰ੍ਹਾਂ ਦਾ ਨਹੀਂ ਹੈਗਾ ਕਿ ਅਸੀਂ ਕੋਈ ਬਹੁਤ ਇਹ ਤੋਂ ਕਮਾਈ ਕਰਨ ਦੇ ਇਰਾਦੇ ਨੇ ਇਹਨੂੰ। ਕੋਈ ਇਹੋ ਜਿਹਾ ਕੇਸ ਤੁਹਾਡੇ ਧਿਆਨ 'ਚ ਆਇਆ ਇੱਕ ਸਾਲ ਦੇ ਵਿੱਚ, ਕੋਈ ਤੁਹਾਨੂੰ ਇਸ ਤਰ੍ਹਾਂ ਦਾ ਆਪਦੇ ਵਰਗਾ ਕੇਸ ਲੱਗਿਆ ਹੋਵੇ ਵੀ ਉਹਨੇ ਪੈਸੇ ਕੱਢੇ ਹੋਣ ਅਤੇ ਬਾਅਦ ਦੇਖਿਆ ਹੋਵੇ ਬੁੱਕ ਮੈਨੂੰ ਪਸੰਦ ਹੈ ਪਰ ਪੈਸੇ ਘੱਟ ਨੇ, ਚੱਲ ਛੱਡ ਮਨਾ ਫਿਰ ਸਹੀ, ਅਤੇ ਤੁਸੀਂ ਉਹਦੀ ਮਤਲਬ ਕਹਿਤਾ ਹੋਵੇ ਵੀ ਲੈ ਯਾਰ ਕੋਈ ਗੱਲ ਨਹੀਂ, ਕੋਈ ਇਸ ਤਰ੍ਹਾਂ? ਬਿਲਕੁਲ, ਲਗਭਗ ਹਰੇਕ ਪੁਸਤਕ ਮੇਲੇ 'ਚ, ਹਰੇਕ ਪਿੰਡ 'ਚ ਹੀ ਇਸ ਤਰ੍ਹਾਂ ਦੀ ਸਮੱਸਿਆ, ਖਾਸ ਕਰਕੇ ਸਕੂਲ ਦੇ ਜਵਾਕ ਹੁੰਦੇ ਜਿਵੇਂ ਕਿਉਂਕਿ ਉਹਨਾਂ ਨੂੰ ਕੋਈ ਉਨੀ ਪੋਕਟ ਮਨੀ ਨਹੀਂ ਮਿਲਦੀ, 30-40 ਰੁਪਏ ਹੁੰਦੇ ਹੈ ਨਾ, ਅਤੇ ਕਿਤਾਬਾਂ ਤਾਂ ਜਿਵੇਂ ਕੋਈ 100 ਦੀ ਕਿਤਾਬ 50 ਦੀ ਕਿਤਾਬ ਹੁੰਦੀ ਹੈ, ਤਾਂ ਫਿਰ ਸਾਨੂੰ ਹੁੰਦਾ ਵੀ ਉਹਨਾਂ ਨੂੰ ਜਿੰਨੇ ਕੁ ਚਲੋ ਪੈਸੇ ਹੈਗੇ ਉਹਨਾਂ ਨੂੰ ਉਨੇ ਕੁ ਦੇ ਵਿੱਚ ਕਿਤਾਬ ਕਿਸੇ ਨਾ ਕਿਸੇ ਢੰਗ ਨਾਲ ਦੇ ਦਿੱਤੀ ਜਾਵੇ, ਅਤੇ ਫਿਰ ਉਹ ਵੀ ਕਿਤੋਂ ਹੋਰ ਢੰਗ ਨਾਲ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਹਰ ਕਿਤੇ ਮਿਲ ਜਾਂਦਾ, ਮੈਨੇਜ ਕਰ ਲਾਂਗੇ।
ਸ਼ਰਾਬ ਨੂੰ ਸਿਰਫ ਕਿਤਾਬ ਕੱਟ ਸਕਦੀ ਹੈ। ਅਗਰ ਨੌਜਵਾਨ ਕੋਲ ਕਿਤਾਬ ਹੈ, ਅਗਰ ਉਸ ਨੂੰ ਕਿਤਾਬ ਦਾ ਨਸ਼ਾ ਹੈ ਤਾਂ ਉਹ ਸ਼ਰਾਬ ਨਹੀਂ ਪੀਏਗਾ। ਇਹਨਾਂ ਨੇ ਸਹੀ ਪਹਿਚਾਣਿਆ, ਸਹੀ ਨਬਜ਼ 'ਤੇ ਹੱਥ ਰੱਖਿਆ ਔਰ ਸਹੀ ਆਈਡੀਆ ਕਨਸੈਪਟ ਜਿਹੜਾ ਉਹ ਲਾਗੂ ਕੀਤਾ। ਹੁਣ ਵੇਖਣਾ ਹੋਵੇਗਾ ਕਿ ਇਹਨਾਂ ਨੂੰ ਸਫਲਤਾ ਕਿੱਥੋਂ ਤੱਕ ਮਿਲਦੀ ਹੈ। ਅਰਜੁਨ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਸਹੀ ਟਾਰਗੇਟ ਚੁਣਿਆ, ਪਰ ਇਹਨਾਂ ਦਾ ਟਾਰਗੇਟ, ਇਹਨਾਂ ਦਾ ਤੀਰ ਨਿਸ਼ਾਨੇ 'ਤੇ ਉਦੋਂ ਵੱਜੇਗਾ ਜਦੋਂ ਹੋਰ ਨੌਜਵਾਨ ਇਸ ਨੂੰ ਫਾਲੋ ਕਰਨਗੇ, ਇਸ ਕਨਸੈਪਟ ਨੂੰ ਫਾਲੋ ਕਰਨਗੇ, ਪਿੰਡ ਪਿੰਡ ਦੇ ਵਿੱਚ ਸ਼ਰਾਬ ਦੀ ਥਾਂ ਕਿਤਾਬ ਦੇ ਠੇਕੇ ਖੁੱਲ੍ਹਣਗੇ। ਨਵੀਆਂ ਅਤੇ ਹੋਰ ਤਾਜ਼ਾ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ। ਹੁਣ ਦਿਓ ਇਜਾਜ਼ਤ, ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।